शराब पीना सेहत लई हानिकारक है। जो लेना मैथों ले ला, रब दा वास्ता तैनू मेरी जान बख्श दे। जान बख्श दे। जेड़ा बंदा अपनी जबान तमक करे अनु बग्गर सिंह इस धरती ते जीण दा कोई हक नहीं दिंदा। नहीं दिंदा। दलेर सिंगा मैं तो मरिया देवी अंगूठे लवा ले तू ते फिर भी जूना हो अली। हाँ जी। अंगूठा लवा हो पुरिया। हाँ पर भैया इधर ते तेल छिड़क इधर डोली तोड़िए तेल छिड़क सिरिया लवा साले दा अंगूठा ओ मामा फाड़े नू इसरा
ਦਲਿੱਦਰ ਜਾ, ਦਲੇਰੇ ਦੀ ਜੜ ਚੁੱਲੇ ਪਾ। ਸਾਲੇ ਭੁੱਖੇ ਅੱਡ ਮਾਰਤੇ ਯਾਰ, ਬੋਲਦਾ ਨੀ। ਉਹ ਤੂੰ ਮਜ਼ਦੂਰੀ ਦੱਸ ਦੇ ਆਪਣੀ, ਉਹ ਤੂੰ ਘਸੁੰਨ ਖਾ, ਗਾਲਾਂ ਖਾ, ਛਿੱਤਰ ਖਾ, ਲੱਫੜ ਖਾ, ਭੌਂਕ ਕੀ ਖਾਵੇਂਗਾ। ਉਹ ਤੇਰੀ ਜਾਨ ਨੂੰ ਠੁੱਡਿਆਂ ਦਾ ਘਾਟਾ। ਉਹ ਦੇਖ ਓਏ, ਤੇਰੇ ਵਾਲੀ ਕੁਝ ਲੱਗਦੀ ਆ ਰਹੀ ਹੈ। ਕੀ ਹਾਲ ਆ ਮੇਰੇ ਰਾਂਝੇ ਦਾ? ਬਸ ਯਾਰ, ਤਾਂ ਤੇਰੀ ਚੂਰੀ ਉਡੀਕੀ ਜਾਂਦੇ ਸੀ। ਕਿਉਂ, ਘਰੇ ਪੱਕੀਆਂ ਨੀ ਕਿ ਦਿੱਤੀਆਂ ਨੀ ਕਿਸੇ ਨੇ? ਉਹ ਜੱਟ ਤਾਂ ਹੁਣ ਹੀਰ ਦੀਆਂ ਲਿਆਂਦੀਆਂ ਤੇ ਗਿੱਜ ਗਿਆ, ਘਰ ਦੀਆਂ ਤਾਂ ਸਵਾਦ ਹੀ ਨੀ ਲੱਗਦੀਆਂ। ਕੋਈ ਕੰਮ ਕਾਰ ਵੀ ਕਰ ਲਿਆ ਕਰ, ਉਹ ਬਿੱਜੂ ਜੇ ਨੂੰ ਲੈ ਕੇ ਸਾਰਾ ਦਿਨ ਜੀਪ ਤੇ ਹੀ ਫਿਰਦਾ ਰਹਿੰਦਾ ਆ। ਉਹ ਜੱਟਾਂ ਦੇ ਪੁੱਤ ਕੰਮ ਕਾਰ ਨੀ ਕਰਦੇ ਹੁੰਦੇ। ਜੇ ਜੱਟਾਂ ਦੇ ਪੁੱਤ ਕੰਮ ਕਰਨ ਲੱਗ ਪੈਣ ਤੇ ਪੰਜਾਬ ਦੇ ਸਾਰੇ ਭਈਏ ਭੁੱਖੇ ਨੀ ਮਰ ਜਾਣਗੇ? ਚੱਲ ਚੱਲ, ਬਾਲੀਆ ਫੁਕਰੀਆ ਨਾ ਮਾਰ, ਕਾਲਜ ਜਾ ਲੈਂਦੇ, ਮੈਨੂੰ ਲੇਟ ਹੋ ਜਾਣਾ, ਮੈਂ ਛੇਤੀ ਖਾ ਲਾ। ਚੱਲ ਚੰਗਾ, ਆ ਲੈ ਤੇਰੀ ਚੂਰੀ ਤੇ ਮੈਂ ਚੱਲੀ। ਓਏ ਹੋਏ, ਜਦ ਵੀ ਜਾਨੀ ਹੈ ਜੱਟ ਦੀ ਜਾਨ ਕੱਢ ਕੇ ਲੈ ਜਾਨੀ ਹੈ। ਉਹ ਪਾਲਾ ਸਿਆ, ਘਰੀ ਆ। ਓਏ ਆ ਜਾਓ ਮੈਂਬਰੋ, ਲੰਘੇ ਹੋ, ਇੱਥੇ ਕਿਹੜਾ ਝਾਂਜਰ ਵਾਲੀ ਬੈਠੀ ਹੈ ਜਿਹੜੇ ਕੁੰਡੇ ਲਾਉਣੇ ਆ। ਆ ਗਏ ਬਈ, ਆ ਜਾਓ ਆ ਜਾਓ ਵੀ ਲੰਘਿਓ, ਬੈਠੋ। ਉਹ ਕਿਵੇਂ ਮੈਂਬਰ ਸਾਹਿਬ, ਅੱਜ ਕਿਵੇਂ ਸਾਡਾ ਕਰਦੇ ਪਿਆ? ਉਹ ਦਰਸ਼ਨ ਦੇ ਰੋਲੇ ਪਿੱਛੇ ਆਏ ਸੀ। ਦਰਸ਼ਨ ਨਾਲ ਤਾਂ ਮੇਰਾ ਕੋਈ ਰੋਲਾ ਹੀ ਨਹੀਂ। ਦਰਸ਼ਨ ਵਿਚਾਰਾ ਗਰੀਬ ਬੰਦਾ, ਜਿਹੜੀ ਤੂੰ ਇਹਦੀ ਜ਼ਮੀਨ ਨੱਪੀ ਫਿਰਦਾ ਨਾ, ਉਹ ਇਹਨੂੰ ਵਾਪਸ ਕਰ ਦੇ। ਉਹ ਨਾਲੇ ਬਥੇਰੀ ਵਾਹ ਖਾ ਲਈ। ਉਹ ਕਿਹੜਾ ਛੋਟਾ ਸਾਲਾ ਜ਼ਮੀਨ ਦਰਸ਼ਨ ਦੀ ਹੈ? ਇਹਦਾ ਬੁੜਾ ਮੈਨੂੰ ਬੈ ਕਰਕੇ ਦੇ ਕੇ ਗਿਆ ਸੀ। ਬਾਪੂ ਦੀ ਦਾਰੂ ਪੀਣ ਦੀ ਲੱਤ ਦਾ ਨਜਾਇਜ਼ ਫਾਇਦਾ ਚੱਕ ਗਏ ਤੁਸੀਂ। ਦਾਰੂ ਮੁਫਤੀ ਨਹੀਂ ਮਿਲਦੀ, ਟਾਵੇਂ ਲੱਗਦੇ ਆ ਟਾਵੇਂ। ਤੁਹਾਡਾ ਬੁੜਾ ਤਲੀ ਤੇ ਧਰਾ ਕੇ ਗਿਆ, ਨੀਲੇ ਨੀਲੇ ਨੋਟ ਲੰਡੇ ਚੜੇ ਦੇ ਕੰਨ ਵਰਗੇ। ਉਹ ਤੁਸੀਂ ਬੋਲਦੇ ਕਿਉਂ ਨਹੀਂ ਹੋਏ? ਤੁਹਾਡੇ ਮੂੰਹ 'ਚ ਕੀ ਮੋਦੇ ਅੜ ਗਏ? ਹਾਂ ਹਾਂ ਪੰਚਾਇਤੇ, ਬਾਈ ਤੋਂ ਪੈਸੇ ਲੈ ਕੇ ਦਾਰੂ ਪੀ ਕੇ ਡਿੱਗਿਆ ਰਹਿੰਦਾ ਸੀਗਾ ਦਰਸ਼ਨ ਦਾ ਪਿਓ। ਜਿੰਨਾ ਚਿਰ ਪੈਸੇ ਨਹੀਂ ਨਾ ਮਿਲਦੇ ਸੀ, ਉਨਾ ਚਿਰ ਉੱਠਦਾ ਨਹੀਂ ਸੀ ਇੱਥੋਂ। ਉਹ ਨਾਲੇ ਗੱਲ ਸੁਣੋ ਦਰਸ਼ਨਾ, ਕਿੰਨੀ ਵਾਰ ਸ਼ਰਾਬੀ ਬੁੜੇ ਨੂੰ ਤੇਰੇ ਘਰੇ ਛੱਡ ਕੇ ਆਏ ਸੀ, ਤੈਨੂੰ ਤਾਂ ਪਤਾ ਹੀ ਹੈ ਸਾਰਾ। ਉਹ ਟਕੇ ਰਹੋ ਤੁਸੀਂ, ਮਾਮਾ ਗਵਾਹ ਤੇ ਭੇਡਾਂ ਪੂਰੀਆਂ, ਸਾਰਾ ਪਿੰਡ ਜਾਣਦਾ ਤੁਹਾਨੂੰ ਵੱਡੇ ਸ਼ਾਹੂਕਾਰਾਂ ਨੂੰ। ਉਹ ਸਾਲਿਆ ਮੂੰਹ ਸੰਭਾਲ ਕੇ ਬੋਲ, ਮੈਥੋਂ ਬੂਥਾ ਨਾ ਬਣਾ ਲਈ ਕਿਤੇ। ਸਾਲਾ ਹੋਏਗਾ ਤੂੰ, ਹੱਥ ਲਾ ਕੇ ਤਾਂ ਵਿਖਾ, ਦਿਨੇ ਹੀ ਪੰਬੂ ਤਾਰੇ ਨਾ ਵਿਖਾ ਦੇ ਤਾਂ ਮੇਰਾ ਵਾਲਾ ਵੀ ਦਰਸ਼ਨ ਨਾ ਜਾਣੀ, ਵੱਡਾ ਬਦਮਾਸ਼ ਬਣਦਾ। ਮੈਂ ਵਿਖਾਉ ਰੱਖ ਤੇ ਸਾਲੇ ਨੂੰ। ਇਹ ਕੀ ਖੜਕ ਤੇਰਾ ਭੈਣ ਦੇ ਖਸਮਾ, ਮੈਂ ਕਿਹੜੇ ਪੈ ਜੇ ਤੇਰੇ ਕਸੂਤੀ ਥਾਂ ਤੇ, ਮੇਰੇ ਪੁੱਤ ਸਿਰ ਫੜ ਕੇ ਰੱਖਦਾ। ਕੁੜੀਏ ਜ਼ਿਆਦਾ ਬੋਲੀ ਨਾ ਤੇ ਫੜ ਕੇ ਗੁੱਤਰੇ ਸਾਰੇ ਵੇੜੇ ਦੇ ਵਿੱਚ ਕੜੀਸੀ ਭਰੂ ਮੈਂ। ਓਏ ਪੰਚਾਇਤ ਦਾ ਲਿਆ ਤਾਂ ਰੱਖ ਲੈਂਦੇ, ਸ਼ਰਮ ਆਣੀ ਚਾਹੀਦੀ ਤੁਹਾਨੂੰ। ਨਹੀਂ ਤੂੰ ਆਪਦੇ ਜਿਹੜੇ ਭਰਵਈਏ ਨੂੰ ਲਿਆਉਣਾ ਆ, ਮੈਂ ਵੀ ਖੇਤ 'ਚ ਮਿਲੂੰਗਾ, ਦੇਖਦੇ ਕਿਹੜਾ ਸਾਲਾ ਖੇਤ 'ਚ ਵੜ ਕੇ ਵਿਖਾਊਗਾ। ਹਾਂ ਬਈ ਵਿਚੋਲਿਆ, ਵੰਡ ਪੱਤੇ, ਨਾਲੇ ਗੱਲ ਸੁਣ ਲਓ ਕੰਨ ਖੋਲ੍ਹ ਕੇ। ਇਸ ਵਾਰੀ ਜਿਹੜਾ ਭਾਬੀ ਬਣਿਆ ਉਹਨੂੰ ਗਾਣੇ 'ਤੇ ਘੁੰਡ ਕੱਢ ਕੇ ਨੱਚਣਾ ਪੈਣਾ, ਠੀਕ ਆ ਬਈ? ਆਪਾਂ ਤਾਂ ਤਿਆਰ ਹਾਂ ਬਾਈ, ਭਾਬੀ ਬਣਾ ਲਓ ਭਾਵੇਂ ਦਿਓਰ ਬਣਾ ਲਓ। ਉਹ ਚੱਲ ਵੰਡ ਫਿਰ ਪੱਤੇ, ਆ ਜਾਓ। ਓਏ ਆ ਕਿਹਨੂੰ ਲੈ ਕੇ ਆ ਗਿਆ? ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ। ਇਹ ਲਾਗਲੇ ਪਿੰਡ ਦਾ ਦਰਸ਼ਨ ਹੈ। ਅੱਛਾ। ਵਿਚਾਰਾ ਗਰੀਬ ਕਿਸਾਨ ਹੈ, ਇਹਦੀ ਜ਼ਮੀਨ 'ਤੇ ਜ਼ੋਰਾਵਰਾਂ ਨੇ ਕਬਜ਼ਾ ਕਰ ਲਿਆ। ਮੈਂ ਬੜੇ ਬਾਈ ਜੀ ਨੂੰ ਇਹਨੂੰ ਮਿਲਾਉਣ ਵਾਸਤੇ ਲੈ ਕੇ ਆਇਆ। ਠੀਕ ਆ ਬੇਲੀਆ, ਮਿਲਾਉਂਦੇ ਹਾਂ ਤੈਨੂੰ ਬਾਈ ਜੀ ਦੇ ਨਾਲ। ਦਰਸ਼ਨ ਸਿਆ, ਰੱਬ ਦੇ ਘਰੋਂ ਤਾਂ ਸ਼ਾਇਦ ਕਦੇ ਕੋਈ ਖਾਲੀ ਮੁੜ ਗਿਆ ਹੋਊਗਾ, ਪਰ ਸਾਡੇ ਬਾਈ ਜੀ ਦੀ ਹਵੇਲੀ 'ਚੋਂ ਅੱਜ ਤੱਕ ਕੋਈ ਖਾਲੀ ਨਹੀਂ ਗਿਆ। ਤੈਨੂੰ ਇਨਸਾਫ ਜ਼ਰੂਰ ਮਿਲੂਗਾ।
ਓਏ ਜੇ ਚੂਹੇ ਖਾਣਿਆਂ ਨੇ ਫਣ ਚੁੱਕਣੇ ਸ਼ੁਰੂ ਕਰ ਦਿੱਤੇ ਤਾਂ ਉਹਨਾਂ ਨੂੰ ਫੇਣ ਦਾ ਵੱਲ ਵੀ ਚੰਗੀ ਤਰ੍ਹਾਂ ਜਾਣਦਾ। ਦੁੱਲਾ ਵੇਲੀ ਸਾਲੇ ਕੁੱਕੜ ਧਰਿਆ ਕਿ ਝੋਟਾ ਲਿਆਓ ਛੇਦੀ ਉਹ ਲਿਆਇਆ ਬਾਈ ਜੀ ਲਓ ਜੀ ਬਾਈ ਜੀ ਓਏ 100 ਲੰਡਾ ਲੁੱਚਾ ਮਰਿਆ ਤੇ ਇੱਕ ਪਾਲਾ ਜੰਮਿਆ ਆਇਆ ਸੀ ਵੱਡਾ ਜ਼ਮੀਨ ਛਡਾਉਣ ਉਹ ਟੋਟਣ ਬਣਾ ਕੇ ਤੁਰ ਗਿਆ ਉਹ ਮੈਂ ਤਾਂ ਵੱਡੇ ਵੱਡੇ ਖੱਬੀ ਖਾਨਾ ਨੂੰ ਨੱਥ ਪਾਲਾ ਪਰ ਛੋਟੇ ਮੋਟੇ ਨੂੰ ਤਾਂ ਖਵੇ ਨੀ ਕੀ ਦੇਣਾ ਤਾਂ ਹੀ ਤਾਂ ਬਾਈ ਅਸੀਂ ਤੈਨੂੰ ਘੈਂਟ ਸਮਝਦੇ ਹਾਂ ਉਹਨੇ ਤਾਂ ਕੁੱਤੇ ਹਾਣੀ ਕਰਾ ਕੇ ਜਾਣਾ ਸੀ ਭਾਲਦਾ ਸੀ ਸਾਲਾ ਝੋਟਿਆ ਕਰੋ ਲੱਸੀ ਜੇ ਮੈਂ ਗਲਤ ਨਹੀਂ ਤਾਂ ਤੂੰ ਉਹੀ ਪਾਲਾ ਕਾਣਾ ਹੈ ਜਿਹੜਾ ਕਈ ਸਾਲ ਪਹਿਲਾਂ ਇੱਕ ਕੁੜੀ ਤੋਂ ਅੱਖ ਬਣਾ ਕੇ ਪਿੰਡ ਛੱਡ ਗਿਆ ਸੀ ਉਹ ਤੀਵੀਆਂ ਤੋਂ ਲਿੱਤਰ ਖਾਣ ਵਾਲੇ ਜ਼ਮੀਨਾਂ ਦੇ ਕਬਜ਼ੇ ਕਦੋਂ ਤੋਂ ਕਰਨ ਲੱਗ ਪਏ ਡੱਡੀਏ ਹੁਣ ਜੇ ਭੜੀ ਚਾਹੁੰਦਾ ਤਾਂ ਇਹ ਟਿੰਡ ਫੌੜੀ ਚੱਕ ਅਤੇ ਤਿੱਤਰ ਹੋ ਜਾ ਇੱਥੋਂ ਨਹੀਂ ਤਾਂ ਜਾਣਦਾ ਕੀ ਜਾਣਦਾ ਕੀ ਕਰ ਲਏਗਾ ਤੂੰ ਅਜੇ ਪਿਓ ਦਾ ਪੁੱਤ ਤਾਂ ਇਕੱਲੇ ਪਾਲੇ ਨੂੰ ਜੱਫਾ ਪਾ ਕੇ ਵਿਖਾ ਫੇਰ ਤੈਨੂੰ ਪਤਾ ਲੱਗੂ ਕਿ ਪਾਲਾ ਕਿਸ ਕੁੱਤੀ ਸ਼ਹਿਜ਼ਾਦਾ ਓਏ ਇੰਨਾ ਲੰਗੌੜ ਖਾਨਾ ਇਕੱਠਾ ਕਰਕੇ ਤਾਂ ਮੇਮਣੇ ਵੀ ਸ਼ੇਰ ਬਣ ਜਾਣ ਜਦ ਇਹ ਹੱਥ ਉੱਠਦਾ ਹੈ ਨਾ ਤਾਂ ਵੱਡਿਆਂ ਵੱਡਿਆਂ ਨੂੰ ਦੰਦਲਾਂ ਪੈ ਜਾਂਦੀਆਂ ਤੇਰੀ ਤਾਂ ਔਕਾਤ ਹੀ ਕੀ ਹੈ ਡੱਡੀਏ ਸਾਡੀ ਚੱਕ ਚੱਕ ਕੇ ਬਾਲੀ ਫੂਕ ਚੱਕ ਗਿਆ ਹੁਣ ਇਹਦੇ ਚੰਗਾ ਛਤਰੌਲ ਫਿਰਿਆ ਲੈ ਵੇਖੀ ਪਾਲੇ ਦੀ ਦਹਿਸ਼ਤ ਕਿਸੇ ਦੀ ਚੋਂ ਤੱਕ ਦੀ ਆਵਾਜ਼ ਨਹੀਂ ਆਉਂਦੀ ਆਖੇ ਪੇਂਦੂ ਪੇਰਾਂ ਨੂੰ ਝੜ ਝੜ ਡਿੱਗੀ ਜਾਂਦੇ ਆ ਵਾਕਿਆ ਕਬਜ਼ਾ ਲੈਣਾ ਲੰਘਾਉਣਾ ਦਾ ਕੰਮ ਨਹੀਂ
ਵੈਲੀਆਂ ਦਾ ਕੰਮ ਹੈ। ਹਾਏ ਬੇਬੇ ਅੱਜ ਤੋਂ ਬਾਅਦ ਜੇ ਤੂੰ ਮੇਰੇ ਸਾਹਮਣੇ ਆਇਆ ਤਾਂ ਉਹ ਤੇਰੀ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ। ਆਪਣਾ ਜੁੱਲੀ ਤੱਪੜ ਚੱਕ ਤੇ ਤਿੱਤਰ ਹੋਏ। ਮੈਥੋਂ ਉੱਠਿਆ ਨਹੀਂ ਜਾਂਦਾ ਯਾਰ, ਕਿੱਟੇ ਪਾਰ ਨਹੀਂ ਚੱਲਦੇ, ਅੱਖਾਂ ਮੂਹਰੇ ਭੰਬੂ ਤਾਰੇ ਜਿਹੇ ਆਈ ਜਾਂਦੇ। ਤੁਸੀਂ ਮੈਨੂੰ ਮੰਜੇ ਸਮੇਤ ਹੀ ਲੈ ਜਾਓ ਯਾਰ, ਮੰਜੇ ਸਮੇਤ ਹੀ ਚੱਕ ਲਓ, ਚੱਕ ਲਓ, ਛੇਤੀ ਚੱਕ ਲਓ। ਬਣਦਾ ਸੀ ਵੱਡਾ ਮਰੀਸ਼ਪੁਰੀ, ਤੂੰ ਪੁੰਡਾਂ ਦੇ ਖੱਖਰ ਨੂੰ ਹੱਥ ਪਾ ਲਿਆ, ਤੈਨੂੰ ਡੰਗ ਵੱਜਣਾ ਹੀ ਵੱਜਣਾ, ਅੱਜ ਵੱਜੇ ਜਾਂ ਕੱਲ੍ਹ। ਕੀ ਹੋਇਆ? ਹਾਲੋ ਬਈ, ਆ ਗਿਆ ਪਿੰਡ ਦਾ ਰੇਡੀਓ, ਛੱਡੂਗਾ ਕੋਈ ਨਾ ਕੋਈ ਸ਼ੁਰਲੀ। ਓਏ ਸਿੱਬੂ, ਆਂਦੇ ਐ ਦੁੱਲੇ ਕਿਆਂ ਨੇ ਪਾਲੇ ਨੂੰ ਦਰਸ਼ਨ ਦੀ ਪੈਲੀ ਚੋਂ ਭਜਾਤਾ। ਸੱਚੀ? ਮਾਰ ਮਾਰ ਕੇ ਲਿੱਦ ਕੱਢਤੀ ਸਾਲੇ ਦੀ। ਫੇਰ ਉਹ ਇਹਨਾਂ ਵੈਲੀਆਂ ਦੇ ਕੰਜਰ ਖਾਨੇ ਤੋਂ ਤਾਂ ਤੰਗ ਆਏ ਪਏ ਆ ਭਰਾਵਾ, ਇਹ ਵੀ ਕੋਈ ਬੰਦੇ ਵਾਲਾ ਕੰਮ ਆ, ਨਿੱਤ ਨਵਾਂ ਝੱਜੂ ਪਾਈ ਰੱਖਦੇ ਆ। ਪਰ ਦੁੱਲਾ ਹੈ ਤਾਂ ਗਰੀਬਾਂ ਦੇ ਪੱਖ ਦਾ। ਉਹ ਛੱਡ ਯਾਰ, ਆਪਾਂ ਕੀ ਲੈਣਾ, ਵੈਲੀ ਬੰਦਿਆਂ ਦਾ ਤਾਂ ਨਾਂ ਹੀ ਮਾੜਾ। ਐ ਨਾ ਕਹਿ ਬਾਈ, ਆਪਣੇ ਗਰੀਬਾਂ ਦਾ ਤਾਂ ਸਾਥੀ ਹੈ ਦੁੱਲਾ। ਉਹ ਤੁਸੀਂ ਛੱਡੋ ਯਾਰ, ਤੁਸੀਂ ਕਿਉਂ ਆਪਸ 'ਚ ਭਿੜੀ ਜਾਂਦੇ ਹੋ? ਤੈਨੂੰ ਕਿਹਾ, ਤੇਰੇ ਤਾਂ ਪਹਿਲੇ ਕੁੱਤੇ ਫੇਲ ਹੋਏ ਪਏ ਆ, ਤੂੰ ਆਪਣੇ ਸਾਈਕਲ ਦੀ ਚੈਨ ਚੜਾ, ਤੂੰ ਦੱਸ ਕੇ ਟਿੰਡੀਆਂ ਲੈਣੀਆਂ ਕਿਸੇ ਦੀ ਲੜਾਈ ਜਾਂ ਪੜ੍ਹਾਈ 'ਚ? ਜਾ ਤੂੰ। ਉਹ ਛੱਡੋ ਯਾਰ। ਮੈਂ ਅੱਜ ਆਪਣੇ ਸੋਹਣੇ ਜਿਹੇ ਪੁੱਤ ਨੂੰ ਆਪਣੇ ਹੱਥ ਨਾਲ ਚੂਰੀ ਬਣਾ ਕੇ ਖਵਾਉਣੀ ਆ। ਬੇਬੇ, ਰੋਟੀ ਦਾ ਤਾਂ ਬਹਾਨਾ ਆ, ਅੱਜ ਫੇਰ ਕੋਈ ਮੈਨੂੰ ਭਾਸ਼ਣ ਦੇਣਾ ਹੋ। ਨਾ ਪੁੱਤ, ਮੇਰੀਆਂ ਮੱਤਾਂ ਨੂੰ ਤੂੰ ਭਾਸ਼ਣ ਦੱਸਦਾ ਆ, ਤੂੰ ਵੇਲੇ ਸਿਰ ਘਰ ਆ ਜਾਇਆ ਕਰ, ਮੈਨੂੰ ਤੇਰੀ ਫਿਕਰ ਲੱਗੀ ਰਹਿੰਦੀ ਹੈ। ਉਹ ਬੇਬੇ, ਤੂੰ ਕਿਉਂ ਚਿੰਤਾ ਕਰਦੀ ਹੈ, ਤੇਰੇ ਪੁੱਤ ਦੀ ਤਾਂ ਹਵਾ ਵੱਲ ਨੂੰ ਵੀ ਕੋਈ ਝਾਕ ਨਹੀਂ ਸਕਦਾ। ਵਾਲੀਆਂ ਫੁਕਰੀਆਂ ਨਾ ਤੂੰ ਮਾਰਿਆ ਕਰ, ਅੱਛਾ ਬਸ ਕਰ। ਬੜਾ ਪਿਆਰ ਤੇ ਚੋਲ ਮੋਲ ਚੱਲ ਰਹੀ ਮਾਂ ਪੁੱਤ 'ਚ, ਭਾਬੀ ਥੋੜਾ ਜਿਹਾ ਲਾਡ ਸਾਡੇ ਲਈ ਵੀ ਰੱਖ ਲਿਆ ਕਰ। ਲਾਡ? ਆ ਜਾ ਚਾਚਾ, ਆ ਜਾ, ਤੂੰ ਵੀ ਪਾ ਲਾ ਥੋੜਾ ਜਿਹਾ ਝੋਲੀ 'ਚ, ਤੂੰ ਹੀ ਰੱਖ। ਓ ਕੀਰਤ, ਮਾਂ ਦੀਆਂ ਝਿੜਕਾਂ 'ਚ ਹੀ ਲਾਡ ਹੁੰਦਾ। ਓਏ ਕਰਮੂ, ਜਾ ਰੋਟੀ ਲੈ ਕੇ ਆ ਮੇਰੇ ਵਾਸਤੇ। ਕੀ ਲਿਆ ਜੀ? ਯਾਰ, ਸਾਡੇ ਮਹਿਕਮੇ ਦੀ ਰਿਪੋਰਟ ਦੇ ਮੁਤਾਬਕ ਪੰਜਾਬ ਵਿੱਚ ਕਬਜ਼ੇ ਲੈਣ ਵਾਲਿਆਂ ਦੇ ਕੇਸ ਵੱਧਦੇ ਜਾ ਰਹੇ ਨੇ। ਜੇ ਇਹਨਾਂ ਦੀ ਨਕੇਲ ਨਾ ਨਾ ਕਸੀ, ਸੈਂਕੜੋ ਘਰ ਬਰਬਾਦ ਹੋ ਜਾਣੇ। ਜਨਾਬ, ਜੇ ਹਰ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਵੇ ਤਾਂ ਕਬਜ਼ੇ ਤਾਂ ਦੂਰ ਦੀ ਗੱਲ, ਪੰਜਾਬ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਤਾਂ ਚਿੜੀ ਵੀ ਨਹੀਂ ਫਰਕ ਸਕਦੀ। ਯਾਰ, ਗੱਲ ਤਾਂ ਤੇਰੀ ਦਮਦਾਰ ਹੈ, ਪਰ ਹਰ ਪੁਲਿਸ ਮੁਲਾਜ਼ਮ ਤੇਰੇ ਵਰਗਾ ਨਹੀਂ ਹੁੰਦਾ ਨਾ। ਹਾਂ ਜਨਾਬ, ਜੇ ਹਰ ਪੁਲਿਸ ਮੁਲਾਜ਼ਮ ਇਸ ਤਰ੍ਹਾਂ ਸੋਚੇ ਤਾਂ ਪੰਜਾਬ ਦਾ ਭਲਾ ਨਾ ਹੋ ਜੇ। ਸੱਚ, ਭਲੇ ਤੋਂ ਯਾਦ ਆਇਆ, ਜਦੋਂ ਮੇਰੀ ਪੋਸਟਿੰਗ ਬਠਿੰਡੇ ਸੀ ਨਾ, ਹਾਂਜੀ, ਤਾਂ ਕਬਜ਼ਾ ਲੈਣ ਵਾਲੀਆਂ ਦੋ ਪਾਰਟੀਆਂ ਆਪਸ 'ਚ ਭਿੜ ਗਈਆਂ। ਮੈਂ ਮੌਕਾ ਵਾਰਦਾਤ 'ਤੇ ਪਹੁੰਚ ਕੇ ਦੋਹਾਂ ਨੂੰ ਬੜਾ ਸਮਝਾਇਆ, ਪਰ ਸਾਲੇ ਸ਼ਰਾਬੀਆਂ ਨੇ ਮੇਰੀ ਗੱਲ ਹੀ ਨਾ ਸੁਣੀ। ਇੱਕ ਨੇ ਤਾਂ ਖਾਧੇ ਪੀਤੇ ਮੈਨੂੰ ਹੀ ਧੱਕਾ ਮਾਰਤਾ, ਬਸ ਫਿਰ ਕੀ ਸੀ, ਚੜ੍ਹ ਗਿਆ ਗੁੱਸਾ ਮੈਨੂੰ ਵੀ। ਮੈਂ ਉਹ ਡਾਂਗ ਵਰਾਈ ਕੁੱਟ ਕੁੱਟ ਕੇ ਸਾਲਿਆਂ ਦਾ ਕਚੁੰਬਰ ਕੱਢਤਾ। ਉਦੋਂ ਬਾਅਦ ਹੀ ਮੇਰਾ ਨਾਂ ਚੌਧਰੀ ਡਾਂਗਾ ਵਾਲਾ ਪੈ ਗਿਆ। ਵਾਹ ਜਨਾਬ, ਵਾਹ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।
ਮੈਨੂੰ ਦਲੇਰ ਦੇ ਚਲੇ ਜਾਣ ਦਾ ਬਹੁਤ ਅਫਸੋਸ ਹੈ। ਮੈਂ ਦਲੇਰ ਨੂੰ ਵਾਪਸ ਤੇ ਨਹੀਂ ਲਿਆ ਸਕਦਾ, ਪਰ ਉਹਦੇ ਕਾਤਲਾਂ ਨੂੰ ਜੇਲ੍ਹ ਵਿੱਚ ਤੁੰਨ ਕੇ ਸਾਲਾਂ ਬੱਧੀ ਸੜਨ ਲਈ ਸਜ਼ਾ ਦੁਆ ਕੇ ਤੁਹਾਡੇ ਕਾਲਜ ਨੂੰ ਠੰਡ ਜ਼ਰੂਰ ਪਹੁੰਚਾ ਸਕਦਾ। ਪਰ ਇੱਕ ਗੱਲ ਸੱਚੋ ਸੱਚ ਦੱਸਣਾ, ਉਹਦਾ ਕਾਤਲਾਂ ਦੇ ਨਾਲ ਰੌਲਾ ਕੀ ਸੀ? ਬੁੱਗਰ ਦੀ ਜ਼ਮੀਨ ਸਾਡੀ ਜ਼ਮੀਨ ਨਾਲ ਲੱਗਦੀ ਸੀ। ਬੁੱਗਰ ਦਾ ਸਾਲਾ ਪੂਰਾ ਤੇ ਉਸਦਾ ਭਰਾ ਧੱਕੇ ਨਾਲ ਸਾਡੀ ਜ਼ਮੀਨ ਨੂੰ ਕੌਡੀਆਂ ਦੇ ਪਾਲ ਲੈਣਾ ਚਾਹੁੰਦੇ ਸੀ। ਘਰ ਵਾਲੇ ਤੇ ਦਬਾਅ ਪਾਉਂਦੇ ਰਹੇ ਪਰ ਉਹ ਨਹੀਂ ਮੰਨਿਆ। ਉਹਨਾਂ ਹੰਕਾਰਿਆਂ ਨੇ ਮੇਰੇ ਘਰ ਵਾਲੇ ਨੂੰ ਸਾੜ ਕੇ ਮਾਰ ਦਿੱਤਾ। ਕੀ ਖੈਰ ਗੁਜ਼ਾਰਿਆ ਮੇਰੇ ਟੱਬਰ ਤੇ। ਚੁੱਪ ਕਰ, ਹੌਸਲਾ ਰੱਖ, ਰੋਇਆ ਕੀ ਬਣਨਾ। ਹਾਂ, ਜੇ ਤੂੰ ਉਹਨਾਂ ਦੇ ਖਿਲਾਫ ਠੋਕ ਕੇ ਗਵਾਹੀ ਦੇਵੇ ਨਾ ਤਾਂ ਪੁੱਤ ਮੇਰਿਆਂ ਨੂੰ ਮੈਂ ਵੀ ਨਹੀਂ ਨਿਕਲ ਦਿੰਦਾ। ਇੱਕ ਗੱਲ ਹੋਰ ਹੈ ਗੁੜੀਆ, ਤੂੰ ਕਿਸੇ ਤੋਂ ਡਰੀ ਨਾ, ਨਾ ਹੀ ਕਿਸੇ ਦਬਾਅ ਦੇ ਥੱਲੇ ਆ ਕੇ ਬਿਆਨ ਦਰਜ ਕਰਾਈ। ਸੱਚੀ ਸੱਚੀ ਇਤਲਾਹ ਦੇਈ ਔਰ ਤੂੰ ਮੁਟਿਆਰ ਵੀ ਹੈ ਤੇ ਸੋਹਣੀ ਸੁਨੱਖੀ ਵੀ। ਅਸੀਂ ਵੀ ਧੀਆਂ ਪੈਣ ਵਾਲੇ, ਸਾਨੂੰ ਵੀ ਸੋਚਣਾ ਪੈਂਦਾ। ਕੱਲ ਨੂੰ ਤੇਰੇ ਨਾਲ ਕੋਈ ਚੰਗਾ ਮਾੜਾ ਹੋ ਜਾਏ ਤਾਂ ਉਹਨਾਂ ਦਾ ਕੀ ਜਾਂਦਾ ਛੱਟੇ ਬਦਮਾਸ਼ਾਂ ਦਾ? ਉਹਨਾਂ ਕੰਜਰਾਂ ਨੇ ਮੇਰੇ ਬਾਪੂ ਨੂੰ ਜਿਉਂਦੇ ਜੀ ਅੱਗ ਲਾ ਕੇ ਮਾਰਤਾ। ਇਸ ਤੋਂ ਵੱਧ ਨਿਰਗਰਦੀ ਹੋਰ ਕੀ ਹੋ ਸਕਦੀ ਹੈ? ਤੁਸੀਂ ਮੇਰੇ ਬਿਆਨ ਲਓ, ਮੈਂ ਗਵਾਹੀ ਦੇਵਾਂਗੀ। ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ, ਬਸ ਮੇਰੀ ਆਇਓ ਜੀਤ ਹੈ। ਠੀਕ ਹੈ ਫਿਰ। ਮਲਕੀਤ, ਹਾਂਜੀ, ਮਾਵਾਂ ਧੀਆਂ ਦੇ ਬਿਆਨ ਲੈ ਲੈ। ਜੀ ਜਨਾਬ। ਹਾਂਜੀ, ਹੁਣ ਵੇਖਿਓ ਤੁਸੀਂ ਕਿਵੇਂ ਉਧੇੜਦਾ ਮੈਂ ਕਾਤਲਾਂ ਦੀਆਂ ਵੱਖੀਆਂ। ਬਸ ਗਵਾਹੀ ਦੇਣ 'ਚ ਕੱਚ ਨਾ ਛੱਡਿਓ। ਮੈਨੂੰ ਚੌਧਰੀ ਡਾਂਗਾਂ ਵਾਲਾ ਐਵੇਂ ਨਹੀਂ ਕਹਿੰਦੇ। ਮਲਕੀਤ ਸਿਆ ਜੀ ਜਨਾਬ, ਬਿਆਨਾਂ ਵਾਲੀ ਫਾਈਲ। ਜਰਨੈਲ, ਹਾਂਜੀ, ਦੇ ਫਾਈਲ ਜਨਾਬ। ਮੈਂ ਜ਼ਰਾ ਬੁੱਗਰ ਸਿੰਘ ਨੂੰ ਮਿਲ ਕੇ ਆਇਆ। ਜਨਾਬ, ਮੈਂ ਵੀ ਚੱਲਦਾ ਨਾਲ। ਤੂੰ ਕੀ ਕਰੇਗਾ, ਮੈਂ ਗਿਆ ਤੇ ਆਇਆ ਬਸ। ਜਨਾਬ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੌਣ ਆਇਆ? ਬੁੱਗਰ ਸਿਆ, ਦਲੇਰ ਦੀ ਘਰਵਾਲੀ ਤੇ ਉਹਦੀ ਕੁੜੀ ਨੇ ਤੇਰੇ ਖਿਲਾਫ ਬਿਆਨ ਦਰਜ ਕਰਾਇਆ। ਤੇਰੀਆਂ ਗੱਲਾਂ ਸੁਣ ਸੁਣ ਕੇ ਮੇਰੇ ਕੰਨ ਪੱਕ ਗਏ ਨੇ ਥਾਣੇਦਾਰਾ। ਹਰ ਰੋਜ਼ ਕਸੀਆਂ ਪਿੱਟੀਆਂ ਫਾਈਲਾਂ ਲੈ ਆਉਣਾ, ਕੋਈ ਨਵੀਂ ਗੱਲ ਹੈ ਤਾਂ ਦੱਸ। ਨਵੀਂ ਗੱਲ ਇਹ ਹੈ ਬੁਗਰਾ, ਮੈਂ ਦਲੇਰ ਦੀ ਕੁੜੀ ਦੀ ਅੱਖਾਂ ਵਿੱਚ ਬਦਲੇ ਦੇ ਪਾਂਬੜ ਮੱਚਦੇ ਦੇਖ ਕੇ ਆ ਰਿਹਾ। ਉਹ ਨਹੀਂ ਛੱਡਦੀ ਤੈਨੂੰ, ਬਾਕੀ ਤੂੰ ਸਮਝਦਾਰ ਹੈ। ਤੈਨੂੰ ਇੱਕ ਪਤੇ ਦੀ ਗੱਲ ਦੱਸਾਂ,
इनू लड़ बन नहीं। जनानियां दियां गल्लां दा बड़ा गुस्सा नहीं करीदा ते ना ही इन्हां ते बड़ा गौर करीदा, समझ गए? क्योंकि इन्हां दी मत कत्त पिछे हुंदी है। आना पड़ा थानेदारा, एहो जिहा फाइलां रिपोर्टां ते एफआईआरां हजारां बुग्गर दे खिलाफ लिखियां गईयां ते सड़ के सुआह हो गईयां। चलो भाई गड्डी च बैठो। जनाब बयान वाली फाइल किते अंदर तो नहीं भुले? जनाब आ की मलकीत सिंह, मेरे काम भी तू बहुत ही दखल अंदाजी ना दिया कर। चल बैठ अंदर, चलो बैठो छेती। ठंड रख पूरे ठंड, जोश तो नहीं होश तो कम लो। पैग चक। ठंड कादी रखा लख्या, मेरे ता तन मन दे विच अग लगी पई है। साले पूछा चक्की फिरदे आ भाई। मैं ता सोचदा सारे टब्बर नूं नंगा करके गलियां च घुमाइए। ठीक है ना भांजा, ਉਹਨਾਂ ਨੂੰ ਕੀ ਪਤਾ ਲੱਗੂ ਕਿ ਸਾਡੇ ਖਿਲਾਫ ਬਿਆਨਬਾਜ਼ੀ ਦਾ ਨਤੀਜਾ ਕੀ ਆ। ਓਏ ਖਾਮ ਖਾ ਪੰਗਾ ਪਾ ਕੇ ਆਪਾਂ ਦਲੇਰਕੀਆਂ ਜਨਾਨੀਆਂ ਨੂੰ ਫੂਲਣ ਦੇ ਵੀ ਨਹੀਂ ਬਣਾਉਣਾ, ਟਿਕੇ ਰਹੋ। ਪਰ ਤੂੰ ਹੀ ਰੋਕਤਾ ਚਾਚਾ, ਮੈਂ ਤਾਂ ਦੁਪਹਿਰੇ ਸਾਰੇ ਟੱਬਰ ਨੂੰ ਮੱਕੀ ਦੇ ਦਾਣਿਆਂ ਵਾਂਗੂ ਭੁੰਨ ਦੇਣਾ ਸੀ, ਹੁਣੇ ਭੁੰਨ ਦਿੰਦੇ ਹਾਂ। ਟਿਕ ਜਾ। ਹੁਣ ਆਪਾਂ ਚੁੱਪ ਕਰਕੇ ਬੈਠੇ ਰਹੀਏ, ਦੱਸ ਮੈਂ ਬਾਈ ਤੁਸੀਂ ਕਿਹੜੀਆਂ ਸੋਚਾਂ 'ਚ ਬੈਠੇ ਹੋ? ਛੋਟੇ ਇੱਥੋਂ ਦੇ ਆਲੇ ਦੁਆਲੇ ਸਾਹ ਪਿੰਡਾਂ 'ਚ ਕਿਸੇ ਦੀ ਜ਼ਰੂਰਤ ਨਹੀਂ ਸੀ ਕਿ ਬੁੱਗਰ ਸਿੰਘ ਦੇ ਖਿਲਾਫ कोई गवाही दे सके, कोई रिपोर्ट लगा सके। मैं ये सोच रहा छोटे कि क्यों ना इस लंडी बुची का सिर कड़न तो पहला ही वड दिता जावे। गल तो ठीक है भाई, मैं इन्हां नाल इन्नी भैड़ी करांगा कि साडा ना सुन के ही लोकां दे कच्छे पीले हो जा करनगे। नहीं छोटे, जब तक मैं जीना थानू फिक्र करने की कोई लोड़ नहीं। कल चढ़ते सूरज की पहली किरण के नाल उन्होंने घर के विच हमेशा हमेशा लई हनेरा कर देंगा।
मैनू मार दे क्यों हो? मैनू ए तां दसो मेरा कसूर की है? ओए कोई बचाओ मैनू इना तो। हाय बाबा, सौ सौ कोहा दूरों तैनू किसे ने बचाओ नहीं आना, ते तेरा कसूर है कि तू ए नहीं जानता कि पंजाब दे पिंडां दे विच उग्र दा राज चलता है। कदों किनू मारना है, किथे मारना है, ते क्यों मारना है, ये रब में तो पुछ के करता है, ये रब में तो पुछ के करता है। कंजरों छड़ दियो मेरे बापू नू, छड़ दियो। पूरिया वेख के मैं कीर ने पौंदी आ जाप नहीं देते नहीं देते नहीं जितिए इधर ना आई ना कंजरा ने तनो छटना नहीं बचा दिया बचा पांजा हड़ला कबूतरी नु पट दे खंभ साली दे आज नहीं जान दंदा इनू भज के किथे जाएगी भाई इस साड़ी का भी कंडा कर दिया छड़ मैनू नहीं नहीं रब दे वास्ते छड़ मैनू नहीं नहीं रब दे वास्ते छड़ मैनू तैनू रब दे वास्ते छड़ दिया चुपियां मैं चढ़ा लिया छड़ दिया तेन रब दे वास्ते बड़ी गुस्से च लगदी है भाभी संभल के होर भी लोग की वास्ते ने दुनिया च सिंगा मिट्टी ना चुकी रखिया कर हर वेले काम कर तो तेन कोई है नहीं अच चुंदर वर्गे मुंह नु चक के सारा दिन ता फिरदा रहना है ओ ए जेड़ा काम मैं कर रहा ये कोई छोटा मोटा आ ओ है कोई माई दा लाल जेड़ा मेरी जस पिछे गेड़ी मारे आहो आहो तेनु ही कड़ के वार च वड़ गया सी रब उस तो बाद ता जम्मी आई नहीं कोई माई दा लाल ओ होर कोई जम भी किवें पऊ जट दे बराबर जे आही हाल रहा ना हत मलदा रह जू जट जस जंज ता हुण जट ही लैके टुकू ए मूह ते मसरा दी दाल ਇਹਨੂੰ ਜਿਉਂਦਾ ਕਰ ਆਏ ਨਹੀਂ ਤੇ ਮੈਂ ਤੇਰੀ ਰੂਹ ਕੱਟ ਕੇ ਇਹਦੇ ਵਿੱਚ ਫੂਕ ਦੇਗਾ ਇਹਨੂੰ ਜਿਉਂਦਾ ਕਰ ਜਿਉਂਦਾ ਕਰ ਕੁੱਤੇ ਆਹ ਇਹਨੂੰ ਜਿਉਂਦਾ ਕਰ ਓ ਕੁੱਤਿਆ ਇਹਨੂੰ ਜਿਉਂਦਾ ਕਰ ਓਏ ਆਹ ਆਹ ਜਿਉਂਦਾ ਕਰ ਇਹਨੂੰ ਰਾਮ ਜਾਦੇ ਹੁਣ ਪਰ ਤੁਹਾਡੇ ਨਾਲ ਕੀਤੀ ਵਫ਼ਾਦਾਰੀ ਦਾ ਤਾਂ ਮੁੱਲ ਮੁੜਦਾ ਜੇ ਦੁਸ਼ਮਣਾਂ ਦੇ ਘਰ ਦਾ ਇੱਕ ਇੱਕ ਜੀ ਦਾ ਮਲੀਆ ਮੇਟ ਹੋ ਜਾਏ ਆਹ ਸਾਲਾ ਕੰਨ ਦਾ ਪੜਦਾ ਪਟਿਆ ਹਜੇ ਤੱਕ ਲੋਟ ਨਹੀਂ ਹੋਇਆ ਨਾ ਜਾ ਪੈਂਦੀ
ਸਾਥ ਪਾਲਿਆ ਜੀ। ਇਹਨੂੰ ਗਦਾਰੀ ਨਹੀਂ ਕਹਿੰਦੇ। ਕਦੇ ਕਦੇ ਬੰਦੇ ਦੀ ਜ਼ਿੰਦਗੀ ਚ ਅਣਖ ਤੇ ਜ਼ਰੂਰਤ ਦਾ ਸਵਾਲ ਖੜਾ ਹੋ ਜਾਂਦਾ ਹੈ ਜੀ। ਇਹਨੂੰ ਗਦਾਰੀ ਨਹੀਂ ਕਹਿੰਦੇ ਕਿਉਂਕਿ ਪਾਲਿਆ ਬੰਦੇ ਫੁੱਟਾਂ ਦੇ ਨਾਲ ਨਹੀਂ ਦਲੀਲਾਂ ਦੇ ਨਾਲ ਨਾਪੇ ਜਾਂਦੇ ਨੇ। ਤੈਨੂੰ ਤੇਰੇ ਕੀਤੇ ਦਾ ਮੁੱਲ ਜ਼ਰੂਰ ਮਿਲੂਗਾ, ਜ਼ਰੂਰ ਮਿਲੂਗਾ। ਸਰਦਾਰ ਜੀ, ਅਸੀਂ ਪੂਰੀ ਕੋਸ਼ਿਸ਼ ਕੀਤੀ ਪਰ ਛੋਟੇ ਸਰਦਾਰ ਜੀ ਦੇ ਕਾਤਲ ਦਾ ਕੋਈ ਪਤਾ ਨਹੀਂ ਲੱਗਿਆ। ਜਿਸ ਨੇ ਮੇਰੇ ਭਰਾ ਨੂੰ ਮਾਰਿਆ ਹੈ, ਜੇ ਉਹ ਇਸ ਧਰਤੀ ਤੇ ਜ਼ਿੰਦਾ ਹੈ ਤਾਂ ਮੈਨੂੰ ਹਰ ਸੂਰਤ ਕਾਤਲ ਚਾਹੀਦਾ। ਦਿਨ ਰਾਤ ਇੱਕ ਕਰ ਦਿਓ ਜੀ ਸਰਦਾਰ ਜੀ। ਸਤਿ ਸ੍ਰੀ ਅਕਾਲ ਦਲੀਪ ਸਿੰਘ, ਤੇਰੇ ਭਰਾ ਦੀ ਮੌਤ ਦਾ ਸੁਣ ਕੇ ਬਹੁਤ ਦੁੱਖ ਹੋਇਆ। ਉਹ ਤੂੰ ਫਿਕਰ ਨਾ ਕਰ, ਉਹਦੇ ਕਾਤਿਲ ਚੌਧਰੀ ਤੋਂ ਬਚ ਨਹੀਂ ਸਕਦੇ। ਸਾਲੇ ਪਤਾਲ ਵਿੱਚ ਕਿਉਂ ਨਾ ਲੁਕੇ ਹੋਣ, ਉੱਥੋਂ ਵੀ ਕੱਢ ਲਿਆਊਂਗਾ ਉਹਨਾਂ ਨੂੰ ਤੇ ਲਿਆ ਕੇ ਕਾਨੂੰਨ ਦੇ ਸਾਹਮਣੇ ਖੜਾ ਕਰੂੰਗਾ। ਬਸ ਤੂੰ ਇੱਕ ਵਾਰੀ ਬਿਆਨ ਲਿਖਾ ਦੇ ਠੋਕ ਕੇ। ਗੱਲ ਸੁਣੋ ਚੌਧਰੀ, ਬਹੁਤਾ ਡਰਾਮਾ ਕਰਨ ਦੀ ਲੋੜ ਨਹੀਂ। ਦੁੱਲਾ ਤੇਰੇ ਲੂਲੇ ਲੰਗੜੇ ਕਾਨੂੰਨ ਦਾ ਮੁਹਤਾਜ ਨਹੀਂ, ਜਿਹੜਾ ਸਬੂਤ ਤੇ ਬਿਆਨਾਂ ਦੀਆਂ ਵਿਸਾਖੀਆਂ ਤੇ ਚੱਲੇ। ਦੁੱਲਾ ਖੁਦ ਇੱਕ ਕਾਨੂੰਨ ਹੈ, ਆਪ ਹੀ ਥਾਣਾ ਕਚਹਿਰੀ ਤੇ ਆਪ ਹੀ ਜੱਜ ਹੈ। ਬੰਦੇ ਲੱਭ ਲੈਣ ਦੇ ਫੈਸਲਾ ਵੀ ਮੈਂ ਆਪ ਹੀ ਕਰਨਾ ਹੈ। ਦਲੀਪ ਸਿੰਘ, ਮੇਰਾ ਇੱਕ ਮਸ਼ਵਰਾ ਹੈ ਤੈਨੂੰ ਕਿ ਭੁੱਲ ਕੇ ਵੀ ਕਾਨੂੰਨ ਨੂੰ ਕਦੇ ਆਪਣੇ ਹੱਥ 'ਚ ਨਾ ਲਈ। ਭਰਾ ਨੂੰ ਤਾਂ ਗਵਾਈ ਚੁੱਕਿਆ ਤੂੰ, ਕਿਤੇ ਆਪਣੇ ਆਪ ਨੂੰ ਇਹੀ ਜਿਹੀ ਮੁਸੀਬਤ 'ਚ ਨਾ ਫਸਾ ਲਈ ਜਿੱਥੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਏ ਤੇਰੇ ਵਾਸਤੇ। ਬਹੁਤੀ ਸਿੱਖਿਆ ਨਾ ਦੇ, ਚੱਲ ਤੁਰਤਾ ਬਣ ਇੱਥੋਂ। ਮੇਰਾ ਦਿਮਾਗ ਪਹਿਲਾਂ ਹੀ ਬਹੁਤ ਚੱਕਰਾਇਆ ਹੋਇਆ, ਕਿਤੇ ਕੋਈ ਕਾਰਾ ਨਾ ਕਰਾ ਦੀ ਮੈਥੋਂ। ਚੱਲ ਤੂੰ। ਠੀਕ ਹੈ ਦਲੀਪ ਸਿੰਘ, ਮੈਂ ਚੱਲਦਾ, ਅੱਗੇ ਤੇਰੀ ਮਰਜ਼ੀ। ਕਿਵੇਂ ਚਾਰ ਛਿੱਲੜਾਂ ਖਾਤਰ ਲੇਲੜੀਆਂ ਕੱਢਦਾ ਫਿਰਦਾ। ਬੋਲ ਵੀ ਪਏ ਹੁਣ ਕੁਛ? ਦੇਖ ਕੀਰਤ, ਸੁਣਿਆ ਮੈਂ ਚਾਚਾ ਜੀ ਬਾਰੇ, ਦੁੱਖ ਵਾਲੀ ਗੱਲ ਆ, ਪਰ ਮੇਰਾ ਵੀ ਤਾਂ ਕੋਈ ਦਿਲ ਹੈ। ਪਤਾ ਕਿੰਨੇ ਦਿਨਾਂ ਤੋਂ ਉਡੀਕਦੀ ਸੀ, ਹੁਣ ਮਿਲਿਆ ਤੇ ਆਈ ਮੂੰਹ ਬਣਾ ਕੇ ਬੈਠਾ। ਉਹ ਕੀਰਤ ਬਾਈ, ਜਿਹੜੀ ਗੱਲ ਕਰਨੀ ਹੈ ਕਰ ਲਾ ਯਾਰ, ਜੱਸ ਇਹਨਾਂ ਜੱਟਾਂ ਵਿੱਚ ਤਾਂ ਇਹੋ ਜਿਹਾ ਕੁਝ ਚੱਲਦਾ ਹੀ ਰਹਿੰਦਾ। ਤੂੰ ਚੁੱਪ ਕਰ ਜਾ ਬਿੱਜੂਆ ਜਿਹਾ, ਹੁਣ ਨੂੰ ਕੀ ਹੈ ਪੱਧਰਕਾਰੀ ਹੈ। ਜੱਸ ਚਾਚਾ ਸੀ ਉਹ ਮੇਰਾ, ਮੈਨੂੰ ਬਹੁਤ ਪਿਆਰ ਕਰਦਾ ਸੀ। ਮੈਂ ਸਮਝ ਸਕਦੀ ਹਾਂ, ਤੂੰ ਹੌਸਲਾ ਰੱਖ ਕੀਰਤ, ਆਏ ਨੀ ਦਿਲ ਛੱਡੀ ਦਾ। ਉਹ ਬੱਚਾ ਇੱਧਰ ਆ। ਹਾਂ ਬਾਬਾ। ਮੈਨੂੰ ਚਾਹ ਦੀ ਬਾਟੀ ਪਿਆ ਦੇ, ਤੇਰੀ ਜਾਇ ਕਾਰ ਹੋ ਜਾਣੀ ਹੈ। ਲਿਆਉਣਾ ਬਾਬਾ ਜੀ। ਮੈਨੂੰ ਇੰਜ ਲੱਗਦਾ ਜਿਵੇਂ ਤੇਰੇ ਮੇਦੇ ਵਿੱਚ ਗਰਮੀ ਹੁੰਦੀ ਹੈ, ਤੈਨੂੰ ਮਰਦਾਨਾ ਕਮਜ਼ੋਰੀ ਹੈ, ਤੈਨੂੰ ਫਿਰ ਪਹਾੜਾਂ ਤੋਂ ਲਿਆਂਦੀ ਹੋਈ ਜੜੀ ਬੂਟੀ ਦੀ ਦਵਾਈ ਦੇ ਦੀਏ। ਹਾਂ ਬਾਬਾ ਜੀ, ਫਿਰ ਤਾਂ ਮੈਨੂੰ ਵੀ ਦੇ ਦਿਓ ਕੋਈ ਗਿੱਦੜ ਸਿੰਘੀ। ਬਾਬਾ ਜੀ ਬਾਬਾ ਸੀਰ ਵੀ ਹੈਗੀ ਆ। ਗੱਲ ਸੁਣੋ ਕਹਿਲਿਆ, ਤੈਨੂੰ ਪਤਾ ਖਾੜੇ 'ਚ ਕਿਸੇ ਨੇ ਜੰਟੇ ਦਾ ਘੋਗਾ ਚਿਤ ਕਰਤਾ। ਕੀ ਆਉਣਾ ਤੂੰ? ਉਹ ਖਾੜਾ ਲੱਗਿਆ ਹੋਇਆ ਸੀਗਾ, ਚਾਂਟਾ ਵੀ ਗਿਆ ਸੀ ਤਿੜਿਆ ਤਿੜਿਆ ਮੁੱਛਾਂ ਨੂੰ ਵੱਟ ਦੇ ਕੇ। ਖੜਾ ਸੁਣ, ਆਉਂਦੇ ਆ ਭੀੜ 'ਚੋਂ ਹੀ ਕਿਸੇ ਨੇ ਹਿੱਕ 'ਚ ਮਾਰੀ ਦਮੂਕ।
ਆਪਾਂ ਖੇਤੀ ਦੀ ਅੱਗੇ ਚੱਲਦੇ ਹਾਂ। ਚਲੋ 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 ਚਲ ਕਾ 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 ਲੈ ਬਾਬਾ ਬੱਲੇ ਬੱਲੇ। ਤੂੰ ਇੱਥੇ ਕੀ ਕਰਦਾ? ਜਿੱਥੇ ਫੁੱਲ ਤੇ ਉੱਥੇ ਭਾਰੇ। ਉਹ ਭਾਰੇ ਨਹੀਂ ਓਏ ਭੂੰਡ, ਤੇ ਜਿੱਥੇ ਭੂੰਡ ਉੱਥੇ ਛਿੱਤਰ। ਹੈਂ, ਇਹ ਕੀ ਕਰਦੇ? ਅੱਛਾ, ਤੂੰ ਇਹਨਾਂ ਦਾ ਰਾਖਾ, ਤੇ ਤੇਰੀ ਵੀ ਤਾਂ ਪੈੜ ਨੱਪਣੀ ਪੈਣੀ ਹੈ ਬਾਈ। ਕਹਿ ਤਾਂ ਠੋਕ ਦਿਆ। ਓਏ, ਕੀ ਪਸੂੜੀ ਪਾਈ ਆ ਤੁਸੀਂ? ਚਲੋ, ਕਿਉਂ ਲੜੀ ਜਾਂਦੇ ਹੋ? ਓ ਪੀਪੀ ਮਾਮਾ, ਤੂੰ ਇੱਥੇ ਵੀ ਫੁੱਟ ਪਿਆ। ਮਾਮਾ, ਪੀਪੀ ਦਾ ਮਤਲਬ ਪਤਾ ਤੈਨੂੰ? ਪੰਜਾਬ ਪੁਲਿਸ। ਜਿਸ ਦਿਨ ਇਮਾਨਦਾਰ ਪੁਲਿਸ ਨਾਲ ਵਾਹ ਪੈ ਗਿਆ ਨਾ, ਫਿਰ ਤੈਨੂੰ ਮਾਮੇ ਨਹੀਂ ਸਾਰੇ ਫੁੱਫੜ ਲੱਗਿਆ ਕਰਨਗੇ। ਸਮਝ ਗਿਆ? ਚਲੋ ਆਪਦੇ ਆਪਦੇ ਘਰਾਂ ਨੂੰ। ਚਲੋ ਕੁੜੀਓ, ਚਲੋ ਤੁਸੀਂ ਵੀ। ਹੈਲੋ। ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਜਲਿਆ, ਕਿਵੇਂ ਪਿੰਡ ਸਾਹਿਬ? ਠੀਕ ਠਾਕ ਆ? ਸਭ ਠੀਕ ਹੈ ਭਾਈ ਜੀ, ਆਲਾ ਭਾਬੀ ਨਾਲ ਗੱਲ ਕਰ ਲੈ। ਲੈ ਭਾਬੀ। ਹੈਲੋ, ਕਿਵੇਂ ਹੋ ਜਸ਼ਨ? ਸਤਿ ਸ਼੍ਰੀ ਅਕਾਲ ਭਾਬੀ ਜੀ, ਪੈਰੀ ਪਹਿਨਾ। ਜਿਉਂਦੇ ਵਸਦੇ ਰਹੋ। ਤੁਹਾਡੀ ਆਵਾਜ਼ ਨੂੰ ਕੀ ਹੋਇਆ ਭਰਜਾਈ? ਚੰਟੇ ਨੂੰ ਕਿਸੇ ਨੇ ਗੋਲੀ ਮਾਰਤੀ ਜਸ਼ਨ। ਹੈ, ਗੋਲੀ ਮਾਰਤੀ? ਬਸ ਤੈਨੂੰ ਪਤਾ ਹੀ ਹੈ ਇਹਨਾਂ ਦੇ ਕੰਮਾਂ ਕਾਰਾਂ ਦਾ। ਜਸ਼ਨ, ਤੂੰ ਛੇਤੀ ਘਰ ਪਰਤਿਆ। ਮੈਂ ਘਰ ਕਿਵੇਂ ਆਵਾਂ? ਜਿੱਥੇ ਰਿਸ਼ਤਿਆਂ ਦੀ ਕਦਰ ਨਾ ਹੋਵੇ ਨਾ, ਉੱਥੇ ਆਉਣ ਨੂੰ ਦਿਲ ਨਹੀਂ ਕਰਦਾ ਭਰਜਾਈ। ਤਾਂ ਤੂੰ ਹੁਣ ਮੈਨੂੰ ਹੋਰ ਰਵਾਵੇਂਗਾ? ਪਰ ਮੈਂ ਵੀ ਮਜਬੂਰ ਹਾਂ। ਲਿਆ ਬੇਬੇ ਮੈਨੂੰ ਦੇ ਫੋਨ, ਮੈਂ ਕਰਦਾ ਚਾਚੇ ਨਾਲ ਗੱਲ। ਉਹ ਚਾਚਾ, ਮਾਂ ਜਦੋਂ ਵੀ ਤੈਨੂੰ ਫੋਨ ਕਰਦੀ ਹੈ ਤੂੰ ਹਮੇਸ਼ਾ ਇੱਦਾਂ ਹੀ ਕਿਉਂ ਬੋਲਦਾ ਆ? ਉਹ ਨਹੀਂ ਕੀਰਤ ਪੁੱਤਰਾ, ਇੱਦਾਂ ਦੀ ਵੀ ਕੋਈ ਗੱਲ ਨਹੀਂ। ਤੂੰ ਹੁਣ ਚੁੱਪ ਕਰਕੇ ਘਰ ਆ ਜਾ, ਨਹੀਂ ਤਾਂ ਤੂੰ ਜਦੋਂ ਵੀ ਮੈਨੂੰ ਬੁਲਾਵੇਂਗਾ ਮੈਂ ਨਹੀਂ ਤੇਰੇ ਨਾਲ ਬੋਲਣਾ। ਉਹ ਕੀਰਤ, ਤੇਰੇ ਵਿੱਚ ਤਾਂ ਮੇਰੀ ਜਾਨ ਵਸਦੀ ਹੈ, ਤੂੰ ਤਾਂ ਮੇਰਾ ਸ਼ੇਰ ਪੁੱਤ ਹੈ, ਮੇਰਾ ਯਾਰ ਹਾਂ ਤੂੰ। ਤਾਂਹੀਓ ਤਾਂ ਫਿਰ ਮੈਂ ਕਹਿੰਦਾ ਆ ਆ ਜਾ ਯਾਰ ਚਾਚਾ। ਠੀਕ ਆ ਕੀਰਤ ਪੁੱਤਰਾ, ਮੈਂ ਦੇਖਦਾ। ਠੀਕ ਹੈ, ਹੁਣ ਤੂੰ ਜਹਾਜ਼ ਖਰੀਦਣਾ ਆ? ਦੇਖ ਚਾਚਾ, ਤੇਰੇ ਇਹ ਬਹਾਨੇ ਮੈਂ ਕਈ ਵਾਰ ਸੁਣ ਚੁੱਕਿਆ, ਤੈਨੂੰ ਕਿਤੇ ਆਪਣਿਆਂ ਦੀ ਯਾਦ ਨਹੀਂ ਆਉਂਦੀ? ਉਹ ਯਾਦ ਤਾਂ ਬਥੇਰੀ ਆਉਂਦੀ ਆ ਕੀਰਤ ਪੁੱਤਰਾ, ਚੱਲ ਆਪਾਂ ਇਹਦੇ ਬਾਰੇ ਫੇਰ ਗੱਲ ਕਰਦੇ ਹਾਂ। ਚੰਗਾ ਯਾਰ ਚਾਚਾ ਫਿਰ। ਇਸ਼ਕ ਨੇ ਦਸਤਕ ਦਿਲ ਤੇ ਦਿੱਤੀ, ਤੇ ਕਾਇਨਾਤ ਨੇ ਗੱਲ ਸੁਣਾਈ, ਵੇਖ ਤੇਰੇ ਆਪ ਉਤਰ ਕੇ ਪਰੀ ਅਸਮਾਂ। ਮੈਨੂੰ ਆਵਾਜ਼ ਦੇ ਲਈ। ਚੰਗਾ, ਆ ਜਾਂਗੀ, ਯਾਦ ਕਰਕੇ ਬੁਲਾ ਲਈ। ਠੀਕ ਹੈ, ਠੀਕ ਹੈ, ਹਾਂ ਠੀਕ ਹੈ, ਚੰਗਾ ਆ ਜਾਊਂਗੀ। ਮਰ ਗਈ ਮੈਂ। ਮੈਂ ਕਿਹਾ ਜੀ ਗਲਤੀ ਹੋ ਗਈ, ਮੈਂ ਤੁਹਾਨੂੰ ਦੇਖਿਆ ਨਹੀਂ। ਨਾ ਤੇਰੇ ਕੋਈ ਮਗਰ ਲੱਗਿਆ? ਤੈਨੂੰ ਕੁੜੀ ਨਹੀਂ ਦੇਖੀ ਹੈਗੀ? ਐਡੇ ਐਡੇ ਖੋਪੇ ਲਾਏ, ਦੱਸੋ ਕਿੱਥੋਂ ਤੈਨੂੰ। ਲਓ ਜੀ, ਖੋਪੇ ਲਾ ਕੇ ਗਲਤੀ ਮੰਨ ਲੈਂਦੇ ਹਾਂ। ਐਡੀ ਲੰਬੀ ਲੰਜੀ ਕੁੜੀ ਤੈਨੂੰ ਦਿਸੀ ਨੀ? ਫਿਰ ਵਿਹੜੇ ਵਾਲੇ ਕਹਿੰਦੇ ਸੀ ਮਰ ਬਾਲਾ ਬੋਲਦੀ ਆ। ਨਾ ਬੋਲਾਂ ਨਾ ਤਾਂ ਹੋਰ ਕੀ ਕਰਾਂ, ਨਾਲੇ ਮੇਰੀਆਂ ਪਾਥੀਆਂ ਖਿਲਾਰਤੀਆਂ, ਹੁਣ ਕਹਿੰਦਾ ਜੀ ਗਲਤੀ ਹੋ ਗਈ। ਲਓ ਜੀ, ਹੁਣ ਦੋਵੇਂ ਤਰੀਕੇ ਨਾਲ ਗਲਤੀ ਮੰਨ ਲਈ ਆ, ਖੋਪੇ ਲਾ ਕੇ ਵੀ ਤਾਂ ਖੋਪੇ ਲਾ ਕੇ ਵੀ। ਤੁਸੀਂ ਫੇਰ ਗੁੱਸਾ ਕਰੀ ਜਾਂਦੇ ਹੋ। ਨਾ ਗੁੱਸਾ ਨਾ ਕਰਾਂ ਤਾਂ ਹੋਰ ਕੀ, ਮੈਂ ਗਿੱਧਾ ਪਾਵਾਂ? ਉਹ ਤੂੰ ਤਾਂ ਹੀ ਚੜੀ ਜਾਂਦੀ ਹੈ, ਤੇਰੀਆਂ ਪਾਥੀਆਂ ਡਿੱਗੀਆਂ, ਕਿਤੇ ਸੋਨੇ ਦੀਆਂ ਮੋਹਰਾਂ ਤਾਂ ਨਹੀਂ ਡਿੱਗ ਪਈਆਂ? ਸੋਨੇ ਦੀਆਂ ਮੋਹਰਾਂ ਮੈਂ ਚੁੱਲ੍ਹੇ 'ਚ ਪਾਉਣੀਆਂ? ਮੈਨੂੰ ਤਾਂ ਆਪਣੀਆਂ ਪਾਥੀਆਂ ਦੀ ਭਾ ਕਰਦਾ ਕਿ ਨਮੂਨਾ ਜਾਂ ਨਾ ਹੋਵੇ। ਦੇਖੋ ਜੀ, ਹੁਣ ਤੁਸੀਂ ਬਾਹਲਾ ਬੋਲੀ ਜਾਂਦੇ ਹੋ। ਉਹ ਤੈਨੂੰ ਨਹੀਂ ਪਤਾ ਇਹ ਕੌਣ ਹੈ? ਹਵੇਲੀ ਵਾਲੇ ਸਰਦਾਰ ਦਲੀਪ ਸਿੰਘ ਦਾ ਛੋਟਾ ਵੀਰ ਹੈ ਜਸ਼ਨ। ਹਾਈ ਨੀ, ਮੈਂ ਮਰ ਜਾ ਹਵੇਲੀਆਂ ਦਾ ਕਾਕਾ।
ਕਰਮੂ ਉਹ ਇਹੋ ਜਿਹਾ ਕਿਹੜਾ ਟੀਕਾ ਲੱਗ ਗਿਆ ਉਹਦੇ? ਉਹ ਤਾਂ ਤਿੱਤਰੀ ਹੋ ਗਈ। ਬਾਈ ਇਹ ਤਾਂ ਮੈਨੂੰ ਵੀ ਨਹੀਂ ਪਤਾ ਉਹਦੇ ਕਿਹੜਾ ਟੀਕਾ ਲੱਗ ਗਿਆ, ਜਿਹੜਾ ਉਹਨੂੰ ਸਮਝ ਆ ਗਿਆ ਅਤੇ ਹਾਲੀ ਤੱਕ ਮੈਨੂੰ ਨਹੀਂ ਸਮਝ ਆਇਆ। ਚੱਲ ਆਪਾਂ ਸਮਝ ਕੇ ਕੀ ਲੈਣਾ ਜਿਹੜੀ ਗੱਲ ਹੀ ਨਾ ਸਮਝ ਆਵੇ। ਤੈਨੂੰ ਸਮਝ ਪੈਣਾ ਹੀ ਨਹੀਂ ਕਰਮੂ, ਆ ਤੈਨੂੰ ਮੈਂ ਸਮਝਾਉਣਾ। ਸੌ ਰੱਬ ਦੀ, ਮੈਨੂੰ ਪਤਾ ਹੁੰਦਾ ਹਵੇਲੇ ਸਰਦਾਰਾਂ ਦਾ ਕਾਕਾ, ਮੈਂ ਕਿਉਂ ਬੋਲਦੀ। ਕੁੜੀ ਬਾਈ ਜੀ ਵਿੱਚ ਵੱਜੀ, ਬਾਈ ਜੀ ਕੁੜੀ ਵਿੱਚ ਵੱਜੇ ਅਤੇ ਪਾਥੀਆਂ ਖਿਲਰ ਗਈਆਂ ਅਤੇ ਟੋਕਰਾ ਮੈਨੂੰ ਕਿ ਚੁਕਾਤਾ, ਮੈਨੂੰ ਨਹੀਂ ਸਮਝ ਆਈ। ਸਿਮਰ ਕੌਰੇ ਤੇਰੀ ਜਵਾਨ ਵੀ ਬਾਹਲੀ ਲੱਭਰ ਲੱਭਰ ਕਰਦੀ ਆ। ਆਪਾਂ ਸਮਝ ਕੇ ਕੀ ਲੈਣਾ ਸਿਮਰੀ, ਅੱਜ ਨਹੀਂ ਤੂੰ ਬਚਦੀ, ਇੱਥੇ ਘਰ ਤੱਕ ਪਹੁੰਚ ਗਏ। ਆ ਲਓ ਜੀ ਤੁਹਾਡਾ ਸਮਾਨ, ਅਤੇ ਇੱਕ ਵਾਰੀ ਫਿਰ ਤੋਂ ਗਲਤੀ ਮੰਨਦੇ ਹਾਂ ਜੀ, ਮਾਫ਼ ਕਰ ਦੇਣਾ। ਚੱਲ ਬੇ ਕਰਮੂ। ਹਾਏ ਸ਼ੁਕਰ ਹੈ ਰੱਬ ਦਾ ਕਿਸੇ ਨੇ ਨਹੀਂ ਦੇਖਿਆ, ਨਹੀਂ ਤਾਂ ਬੇਬੇ ਨੇ ਮੇਰੀ ਗੁੱਤੀ ਪੜ ਦੇਣੀ ਸੀ, ਹੋਰ ਚਿੱਤਰਾਂ ਨੂੰ ਥਾਂ ਹੋ ਜਾਂਦੀ। ਨਹੀਂ ਸੀ ਤੂੰ, ਤੁਸੀਂ ਇਕੱਲਿਆਂ ਇਕੱਲਿਆਂ ਖੇਲੀ ਜਾਂਦੀ ਹੋ, ਮੈਨੂੰ ਵੀ ਖਿਲਾ ਲਓ। ਦੇਖਣੀ ਸੀ ਮੇਰੇ, ਤੂੰ ਬਹੁਤਾ ਰੌਲਾ ਪਾਉਂਦੀ ਹੈ, ਪਹਿਲਾਂ ਮੇਰੀ ਮਿੱਤ ਹੈ, ਜੇ ਤੂੰ ਛੇਤੀ ਛੇਤੀ ਖੇਲਾਂਗੀ ਤਾਂ ਹੀ ਤਾਂ ਮੇਰੀ ਮਿੱਤ ਆਊਗੀ, ਫਿਰ ਸਹੇਲੀਆਂ ਕਹਿੰਦੀਆਂ ਸਿਮਰ ਬਾਹਲਾ ਬੋਲਦੀ ਆ। ਵਾਖਰੂ ਕਿਹੜਾ ਕੰਜਰ ਕਹਿੰਦਾ ਤੂੰ ਬੋਲਦੀ ਬਥੇਰਾ, ਤੇਰੇ ਮੂੰਹ 'ਚ ਤਾਂ ਜੀ ਵੀ ਨਹੀਂ, ਅਸੀਂ ਸਾਰੀਆਂ ਤਾਂ ਕਮਲੀਆਂ ਦਾ ਟੋਲਾ, ਬਸ ਤੂੰ ਹੀ ਸਿਆਣੀ ਜੰਮੀ ਹੈ, ਤੇਰੇ ਬੇਬੇ ਨੇ। ਨਹੀਂ ਭੈਣੇ ਮੈਂ ਤਾਂ ਚੱਲ, ਤੂੰ ਵੀ ਤਾਂ ਇਹਦੇ ਵਾਂਗੂ ਜਵਾ ਹੀ ਨਹੀਂ ਬੋਲਦੀ। ਚੰਗਾ ਠੀਕ ਹੈ, ਤੂੰ ਵੀ ਬਾਹਰੀ ਚਤਰਾ ਨਾ ਬਣ, ਕੱਲ੍ਹ ਨੂੰ ਬਗਾਨੇ ਘਰ ਜਾਣਾ, ਕੁੜੀਆਂ ਨੂੰ ਘੱਟ ਹੀ ਬੋਲਣਾ ਚਾਹੀਦਾ, ਬੇਬੇ ਕਹਿੰਦੀ ਹੈ। ਨਹੀਂ ਭੈਣੇ ਪਹਿਲਾਂ ਮੈਨੂੰ ਮਿੱਤ ਖੇਲ ਲੈਣ ਦੇ, ਮੈਂ ਕੰਮ ਜਾਣਾ। ਲੈ ਹੁਣ ਤੂੰ ਵੀ ਕਰ ਲਾ ਰਾਂਝਾ ਰਾਜੀ। ਦੀਪੀ ਆਪਾਂ ਕੀ ਲੈਣਾ ਦੇਖੀ ਜਾਂਦੇ, ਇਹ ਤਾਂ ਹਵੇਲੀ ਵਾਲਿਆਂ ਦਾ ਮੁੰਡਾ ਨਾ, ਫਿਰ ਇੱਥੇ ਕਿਉਂ ਖੜਾ? ਮੈਨੂੰ ਕੀ ਪਤਾ ਖੜਾ ਰਹਿਣ ਦੇ, ਸਾਰਾ ਪਿੰਡ ਹੀ ਇਹਨਾਂ ਦਾ। ਆਪਾਂ ਕੀ ਲੈਣਾ, ਆਪਾਂ ਆਪਣਾ ਖੇਲਦੇ ਆ। ਬਾਈ ਅੱਜ ਫਿਰ ਨਾ ਇੱਥੋਂ ਕੋਈ ਪੰਗਾ ਪੈ ਜਾਵੇ, ਮੈਂ ਇੱਥੋਂ ਤਾਂ ਉਛਲੇ ਵੀ ਜਾਣਾ ਇੱਕ ਲੱਤ ਤੇ, ਥੋੜਾ ਹੈ ਨਾ ਜੀ, ਆਪਾਂ ਖਿਸਕੇ ਇੱਥੋਂ। ਉਹ ਕਿਉਂ ਡਰੀ ਜਾਂਦਾ ਐਵੇਂ, ਕੱਲ ਤਾਂ ਉਹਦੇ ਕੋਲ ਪਾਥੀਆਂ ਦਾ ਟੋਕਰਾ ਸੀ, ਅੱਜ ਤਾਂ ਖਾਲੀ ਹੱਥੀ ਹੈ, ਨਾਲੇ ਕਿੱਥੇ ਹੋਇਆ ਫੋੜਾ ਤੇਰੇ? ਬਾਈ ਕਸੂਤੀ ਥਾਂ ਤੇ ਹੋਇਆ ਜੀ। ਨੀ ਸਿਮਰੋ, ਨੀ ਤੇਰਾ ਬੇੜਾ ਗਰਕ ਜੇ, ਤੂੰ ਤਾਂ ਨਾ ਘਰੇ ਵੜੀ ਨਾ, ਸਾਰਾ ਦਿਨ ਜਵਾਕੜੀਆਂ ਨਾਲ ਕੌਲੇ ਕੱਛਦੀ ਫਿਰਦੀ ਹੈ। ਨੀ ਮੈਂ ਤਾਂ ਤੈਨੂੰ ਹੱਟੀ ਤੇ ਗੁੜ ਲੈਣ ਘੱਲਿਆ ਸੀ, ਤੂੰ ਇੱਥੇ ਆ ਕੇ ਜਵਾਕੜੀਆਂ ਨਾਲ ਪੀਚੋ ਖੇਡੀ ਜਾਨੀ ਹੈ। ਬੇਬੇ ਇਹ ਕਹਿੰਦੀ ਇੱਕ ਮਿੱਤ ਲਾ ਜਾ। ਹਾਂ ਗੱਪੀ ਕਿਸੇ ਥਾਂ ਦੀ। ਨੀ ਘਰ ਦਾ ਕੰਮ ਜੇ ਮੈਂ ਹੀ ਸਿਰ ਸੜਾਉਣਾ ਸੀ ਤਾਂ ਤੈਨੂੰ ਪਾਲ ਕੇ ਕੋਠੇ ਜਿਹੜੀ ਕਾਹਦੇ ਲਈ ਕਰਿਆ, ਚੱਲ ਘਰੇ ਦੱਸਦੀ ਆ ਤੇਰੇ ਪਿਓ ਨੂੰ ਮੈਂ। ਬੇਬੇ ਚੱਲ। ਨੀ 20 ਵਾਰੀ ਸਮਝਾਇਆ ਤੈਨੂੰ ਵੀ ਘਰ ਦੇ ਕੰਮ ਨੂੰ ਵੀ ਮਾੜਾ ਮੋਟਾ ਧਿਆਨ ਦੇ ਲਿਆ ਕਰ, ਕਿਉਂ ਤਪਾਈ ਰੱਖਦੀ ਹੈ, ਹੁਣ ਤੂੰ ਘਰੋਂ ਬਾਹਰ ਪੈਰ ਪੱਟ ਕੇ ਦਿਖਾਈ, ਜੇ ਤੇਰੀ ਗੁੱਤ ਨਾ ਪੱਟੀ ਤਾਂ ਮੇਰਾ ਨਾਂ ਵੀ ਗੋਲੋ ਨਾ ਜਾਣੀ। ਕਰਮੂ ਅੱਜ ਕੱਲ ਦੀਆਂ ਕੁੜੀਆਂ ਤੇ ਮਾਂ ਪਿਓ ਦਾ ਕਾਫੀ ਦਾਬਾ ਹੈ ਯਾਰ। ਚੱਲ ਚੱਲ ਦੱਸਦੀ ਆ ਤੇਰੇ ਪਿਓ ਨੂੰ। ਬੇਬੇ ਕੰਨ ਛੱਡ ਦੇ, ਨਾ ਇਹਨੂੰ ਕੁਝ ਸਮਝਾਇਆ ਕਰ, ਕੋਠੇ ਜਿੱਡੀ ਹੋ ਗਈ, ਹੱਟੀ ਤੇ ਭੇਜਿਆ ਸੀ ਗੁੜ ਲੈਣ, ਜਵਾਕਾਂ ਨਾਲ ਖੇਡਣ ਉਹ ਹਜੇ ਨਹੀਂ ਹਟਦੀ। ਐਵੇਂ ਨਾ ਬਹੁਤਾ ਝਿੜਕਿਆ ਕਰ ਮੇਰੀ ਧੀ ਨੂੰ, ਆਹੀ 4 ਦਿਨ ਖੇਡਣ ਦੇ ਮੇਰੀ ਸਿਮਰ ਦੇ, ਨਾਲੇ ਗੱਲ ਸੁਣ, ਇਹ ਧੀ ਨਹੀਂ ਤੇਰਾ ਪੁੱਤਰ ਹੈ, ਪੁੱਤਰ। ਮੇਰੀ ਗੱਲ ਸੁਣ, ਹੋਰ 2 ਸਾਲਾਂ ਨੂੰ ਇਹਨੂੰ ਵਿਆਹ ਕੇ ਕਿਸੇ ਦੇ ਘਰੇ ਨਹੀਂ ਭੇਜਣਾ, ਇਹ ਛੋਟੀ ਨਹੀਂ ਰਹੀ ਹੁਣ, ਜਿਹਨੂੰ ਕੰਧੇੜੀ ਚੱਕ ਕੇ ਮੇਲਾ ਦਿਖਾ ਲਿਆਉਂਦਾ ਸੀ, ਮਟਿਆਰ ਹੋ ਗਈ ਮਟਿਆਰ, ਅਗਲੇ ਤਾਂ ਆਖਣਗੇ ਵੀ ਮਾਂ ਪਿਓ ਨੇ ਮੱਤ ਨਹੀਂ ਦਿੱਤੀ। ਵੇਖ ਲੈ ਬਾਪੂ, ਬੇਬੇ ਸੋਚਦੀ ਹੈ ਕਿ ਜਿਵੇਂ ਮੈਨੂੰ ਤੇਰੀ ਪੱਗ ਦਾ ਖਿਆਲ ਹੀ ਨਹੀਂ। ਦੇਖਿਆ ਮੈਂ ਤੈਨੂੰ ਆਖਿਆ ਸੀ ਨਾ ਮੇਰਾ ਪੁੱਤਰ ਬਹੁਤ ਸਿਆਣਾ। ਸ਼ਾਬਾਸ਼ ਪੁੱਤਰ ਸ਼ਾਬਾਸ਼, ਜਾਓ ਖੇਡੋ। ਨੀ ਸਿਮਰੋ ਮੇਰੀ ਗੱਲ ਤਾਂ ਸੁਣ, ਹਾਏ ਵੇ ਰੱਬਾ ਕੀ ਕਰਾਂ ਮੈਂ ਇਸ ਕੁੜੀ ਦਾ। ਬੋਲੋ, ਧੀਆਂ ਮਾਪਿਆਂ ਦੇ ਘਰ ਜਿੰਨਾ ਹੱਸ ਖੇਡ ਲੈਣ ਓਨਾ ਹੀ ਥੋੜ੍ਹਾ,
ਪਤਾ ਨਹੀਂ ਇਹਨਾਂ ਚਿੜੀਆਂ ਦੇ ਲੇਖਾਂ ਵਿੱਚ ਰੱਬ ਨੇ ਕੀ ਲਿਖਿਆ। ਕਿਹੜਾ ਭੰਗੜਾ ਪਾ ਰਹੇ ਹੋ ਤੁਸੀਂ? ਇਹ ਭੰਗੜਾ ਨਹੀਂ ਜੀ, ਮੈਂ ਤਾਂ ਗਾਰਾ ਮਿਧਰ ਰਹੀ ਹਾਂ। ਗਾਰਾ ਮਿਧਰ ਰਹੇ ਹੋ? ਅੱਛਾ, ਇਕੱਠੇ ਦੋ ਦੋ ਕੰਮ, ਨਾਲੇ ਗਾਰਾ ਤੇ ਨਾਲੇ ਭੰਗੜਾ। ਇਹਨੂੰ ਕਹਿੰਦੇ ਨੇ ਗਾਰਾ ਭੰਗੜਾ। ਅੱਜ ਬੇਬੇ ਬਾਪੂ ਮਾਸੀ ਕੋਲ ਗਏ ਹੈ। ਬੇਬੇ ਕਹਿੰਦੀ ਰਹਿੰਦੀ ਤੂੰ ਘਰ ਦਾ ਕੰਮ ਨਹੀਂ ਕਰਦੀ। ਮੈਂ ਸੋਚਿਆ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਗਾਰੇ ਨਾਲ ਕੰਧੋਲੀਆਂ ਹੀ ਲਿਪਦਾ। ਅੱਛਾ, ਤਾਂ ਫਿਰ ਸਾਨੂੰ ਵੀ ਸਿਖਾ ਦਿਓ ਗਾਰਾ ਭੰਗੜਾ। ਤੁਹਾਨੂੰ ਸਿੱਖਣ ਦੀ ਕੀ ਲੋੜ ਹੈ? ਤੁਹਾਡੇ ਤਾਂ ਪੱਕੀ ਹਵੇਲੀ ਹੈ ਨਾ, ਇਹਦੀ ਜ਼ਰੂਰਤ ਤਾਂ ਕੱਚੇ ਕੋਠੇ ਵਾਲਿਆਂ ਨੂੰ ਹੁੰਦੀ ਹੈ। ਕਦੇ ਪੱਕੀਆਂ ਹਵੇਲੀਆਂ ਵਾਲਿਆਂ ਨੂੰ ਵੀ ਪੁੱਛ ਕੇ ਵੇਖੋ ਕਿ ਉਹਨਾਂ ਦਾ ਰੱਬ ਕੱਚਿਆਂ ਘਰਾਂ ਦੇ ਵਿੱਚ ਹੀ ਵਸਦਾ ਹੈ। ਤੇ ਆ ਜਾਓ ਫਿਰ। ਇੱਕ ਸੀ ਚਿੜੀ, ਇੱਕ ਸੀ ਕਾਂ, ਦੋਨਾਂ ਨੇ ਸਾਂਝੀ ਪੈਲੀ ਬੀਜੀ ਸੀ। ਉਹ ਕਹਿਣ ਲੱਗੀ ਚਿੜੀ, ਕਹਿੰਦੀ ਆ ਜਾ ਕਾਂ ਆਪਾਂ ਬਾਜਰਾ ਬੀਜੀਏ। ਮੇਰੇ ਵਣ ਕੇ ਹਲਾ ਦੇ, ਤੂੰ ਖੁਸ਼ ਨਹੀਂ ਹੁੰਦਾ, ਤੂੰ ਨਹੀਂ ਪੈਰੀ ਮੋਜੇ ਪਾਉਣਾਗਾ, ਠੁਮ ਠੁਮ ਕਰਦਾ ਆਉਣਾਗਾ। ਉਹ ਕਾਂ ਫੇਰ ਵੀ ਨਾ ਆਇਆ। ਫੇਰ ਚਿੜੀ ਕਹਿਣ ਲੱਗੀ ਵੀ ਆ ਜਾ ਕਾਂ ਆਪਾਂ ਪਾਣੀ ਲਾਈਏ ਬਾਜਰੇ ਨੂੰ। ਕਹਿੰਦਾ ਚੱਲ ਚਿੜੀਏ, ਮੈਂ ਆਉਣਾਗਾ, ਪੈਰੀ ਮੋਜੇ ਪਾਉਣਾਗਾ, ਠੁਮ ਠੁਮ ਕਰਦਾ ਆਉਣਾਗਾ। ਜਸ ਓਕੇ
ਆ ਖੜਕਾ ਕਾਹਦਾ ਹੋਇਆ ਹੈ? ਆ ਬਿੱਲੀ ਤਾਂ ਨਹੀਂ ਆ ਗਈ? ਬੇਬੇ ਬਿੱਲੀ ਨਹੀਂ ਆ, ਬਿੱਲਾ ਹੈ। ਕੋਈ ਨਹੀਂ, ਮੈਂ ਭਜਾਉਣੀ ਆ ਇਹਨੂੰ। ਚੱਪਲ ਮਾਰ ਕੇ ਭਜਾ ਦੇ, ਰੋਜ਼ ਇਹ ਦੁੱਧ ਪੀ ਜਾਂਦਾ ਹੈ। ਉਹ ਤੂੰ ਕਿਉਂ ਡਰੀ ਜਾਂਦੀ ਆ? ਮੇਰੇ ਵੱਲ ਦੇਖ, ਤਲੀ ਤੇ ਜਾਨ ਤਰ ਕੇ ਆਇਆ ਤੇਰੇ ਲਈ। ਕਿੰਨੇ ਦਿਨ ਹੋ ਗਏ, ਤੂੰ ਆਈ ਕਿਉਂ ਨਹੀਂ? ਤੇਰਾ ਨਾ ਬੇਬੇ ਨੂੰ ਤਾਪ ਚੜਦਾ ਸੀ, ਤਾਂ ਨਹੀਂ ਆਈ ਮੈਂ। ਤੂੰ ਪੱਗ ਲੈ ਇਸ ਵੇਲੇ ਆਇਆ। ਉਹ ਜਿੰਨਾ ਚਿਰ ਤੈਨੂੰ ਦੇਖਾ ਨਾ, ਸਾਲੀ ਸਰੀਰ ਨੂੰ ਵੀ ਥੋੜ ਜਿਹੀ ਲੱਗੀ ਰਹਿੰਦੀ ਹੈ। ਤੂੰ ਵੀ ਨਾ ਪੱਗ ਲੈ, ਤੂੰ ਛੇਤੀ ਜਾਏ ਤੋ ਇੱਥੇ ਨਾ ਆਇਆ ਕਰ। ਉਹ ਜਾਨਣਾ ਚਾਹੁੰਦਾ ਯਾਰ, ਇੱਕ ਬੁੱਕੀ ਤਾਂ ਦੇ ਦੇ। ਤੈਨੂੰ ਸ਼ਰਮ ਨਹੀਂ ਆਉਂਦੀ? ਪਾਗਲ ਭੱਜ ਜਾ। ਉਹ ਦੇ ਦੇ ਯਾਰ ਇੱਕ। ਚੱਲ ਛੇਤੀ, ਜਾਗਦੇ ਰਹੋ। ਸਾਲੀ ਡਰਨ ਵਾਲੀ ਆਵਾਜ਼ ਵੀ ਨਹੀਂ ਨਿਕਲਦੀ। ਉਹ ਤੇਰੀ ਓਏ ਟੈਂਪੂ। ਓਕੇ ਯਾਰ, ਮੈਂ ਚੱਲਦਾ। ਚੰਟੇ ਨੂੰ ਕਿਹਨੇ ਮਾਰਿਆ? ਨਹੀਂ ਤਾਂ ਮੈਂ ਤੇਰਾ ਖੂਨ ਪੀ ਜਾਊਂਗਾ। ਦੱਸ ਦੇ ਕਾਣਿਆ, ਕਾਤਲ ਕੌਣ ਹੈ? ਦੱਸ ਕਾਣਿਆ, ਕਾਤਲ ਕੌਣ ਹੈ? ਦੱਸ ਦੇ, ਨਹੀਂ ਤਾਂ ਮੈਂ ਤੇਰੀ ਘੰਟੀ ਮਰੋੜ ਦੇਣੀ ਹੈ। ਮੇਰਾ ਮਰਨਾ ਤਨ ਹੋ ਗਿਆ ਅੱਜ। ਅੱਜ ਮੇਰਾ ਮਰਨਾ ਤਨ ਹੋ ਗਿਆ। ਨਹੀਂ ਕਿਲਿਆ, ਤੈਨੂੰ ਕੁਛ ਨਹੀਂ ਹੁੰਦਾ, ਮੈਂ ਤੈਨੂੰ ਮਰ ਨਹੀਂ ਦੇਣਾ ਕਿਲਿਆ। ਭਾਈ ਭਾਈ, ਅੱਜ ਮੈਂ ਆਪਣੀ ਵਫਾਦਾਰੀ ਦਾ ਸਬੂਤ ਦੇ ਚੱਲਿਆ, ਵਫਾਦਾਰੀ ਦਾ ਸਬੂਤ ਦੇ ਚੱਲਿਆ ਭਾਈ। ਕਿਲਿਆ ਕਿਲਿਆ, ਕੀ ਗੱਲ ਹੈ ਲਾਲੀ, ਕਿੱਥੇ ਭੱਜ ਰਹੇ? ਮੈਂ ਕਾਲੀ ਚਾਠਾਣੀ ਦਾ ਰਾਹ, ਮੈਨੂੰ ਜਾਣ ਦੇ, ਨਹੀਂ ਤਾਂ। ਨਹੀਂ ਤਾਂ ਕੀ? ਨਹੀਂ ਤਾਂ ਕੀ ਸਾਲਿਆ, ਦੋ ਟਕੇ ਦਿਆ ਹਰਾਮਖੋਰ ਪੁਲਸੀਆ, ਤੇਰੀ ਇਹ ਹਿੰਮਤ? ਤੂੰ ਸਾਡੇ ਟੁਕੜਿਆਂ ਤੇ ਪਲਣ ਵਾਲਾ ਕੁੱਤਾ ਹੈ ਕੁੱਤਾ, ਜੇ ਚਾਹ ਤਾਂ ਹੁਣੇ ਠੋਕ ਦਿਆਂ। ਨਹੀਂ ਆ ਲਾਲੀ, ਚੱਲ ਚੱਲੀਏ। ਗੱਲ ਸੁਣਾ ਚੌਧਰੀ, ਆਪਣੀ ਔਕਾਤ ਚ ਰਿਹਾ ਕਰ, ਨਹੀਂ ਤਾਂ ਬੋਰੀ ਚ ਪਾ ਕੇ ਨਹਿਰ ਚ ਸੁੱਟ ਦਿਆਂਗੇ। ਚੱਲ ਲਾਲੀ ਚੌਧਰੀਆ, ਲੰਮਣੀਆ। ਕਿਹੜੀਆਂ ਸੋਚਾਂ ਚ ਪਏ ਹੋ ਸਰਦਾਰ ਜੀ? ਕੁਛ ਨਹੀਂ, ਮੈਂ ਕੀਲੇ ਬਾਰੇ ਸੋਚ ਰਿਹਾ ਸੀ। ਕੀਲੇ ਬਾਰੇ ਸੋਚ ਕੇ ਤਾਂ ਕਲੇਜਾ ਮੂੰਹ ਨੂੰ ਆਉਂਦਾ ਹੈ ਸਰਦਾਰ ਜੀ। ਜੇ ਅੱਜ ਕੀਲਾ ਤੁਹਾਡੀ ਆਈ ਮੌਤ ਨਾ ਮਰਦਾ, ਤਾਂ ਉਸ ਘਰ ਦੀ ਜਗ੍ਹਾ ਇਸ ਘਰ ਚ ਵਹਿਣ ਪੈਣੇ ਸੀ। ਹਾਂ, ਕੀਲਾ ਆਪਣੇ ਲੂਣ ਦਾ ਹੱਕ ਅਦਾ ਕਰ ਗਿਆ। ਕੀਲਾ ਤਾਂ ਸਦਾ ਹੀ ਤੁਹਾਡਾ ਵਫ਼ਾਦਾਰ ਸੀ, ਪਰ ਉਸਦੇ ਜਿਉਂਦੇ ਜੀ ਤੁਸੀਂ ਉਸਦੀ ਕਦਰ ਨਹੀਂ ਪਾਈ ਸਰਦਾਰ ਜੀ। ਤੁਹਾਡੇ ਇੱਕ ਫੈਸਲੇ ਨੇ ਸਿਮਰ ਤੇ ਜਸ਼ਨ ਚ ਵਿਛੋੜੇ ਪਾਤੇ। ਮੈਂ ਮੰਨਦਾ ਕੀਲਾ ਮੇਰਾ ਵਫ਼ਾਦਾਰ ਸੀ, ਪਰ ਰੇਸ਼ਮ ਦੇ ਕੱਪੜੇ ਨੂੰ ਕਦੇ ਬੋਰੀ ਦੀ ਟਾਕੀ ਨਹੀਂ ਲੱਗਦੀ ਸਰਬੋ। ਚੱਲ ਠੀਕ ਹੈ, ਮੈਂ ਉਹਦੇ ਘਰ ਹੋ ਕੇ ਆਉਣਾ। ਹਾਂ ਠੀਕ ਹੈ, ਜਾਓ। ਬਾਪੂ ਕਿੱਥੇ ਚੱਲੇ ਹੋ? ਮੈਂ ਕੀਲੇ ਦੇ ਘਰ ਹੋ ਕੇ ਆਉਂਦਾ ਸੀ। ਚਲੋ ਫਿਰ ਮੈਂ ਵੀ ਚੱਲਦਾ। ਚੱਲ ਆ ਜਾ। ਸਾਡਾ ਮਾਮਾ ਧੀਆਂ ਦਾ ਕੋਈ ਵਾਲੀ ਵਾਲ ਸੁਣਾ।
बस कर जा सिमरी। सत श्री अकाल सरदार जी। किले की कमी तो नहीं पूरी हो सकती, पर उस दियां कुछ जिम्मेवारियां जरूर पूरियां कर सकते हैं। जलिया जी। जी भाई जी। किसी होर चीज की भी लोड़ होवे तो हवेली आ जाए। पापा मैनु मेरे पिता जी का लेख करवा दो, थोड़ा जा तो मैं कर लिया, बाकी सारा करवा दो। चल चल दस, पहला मेरे बच्चे ने लिखिया की है, दस। हाँ पापा सुनानी है। मैनु मेरे पिता जी बहुत प्यार कर दे हन। ओए ता कर दे ही ने। ओ एक चंगे आदमी हन। ओ अपनी ड्यूटी पूरी ईमानदारी नाल कर दे हन। ओ किसे तो रिश्वत नहीं लेंदे। जहन जनाब। हाँ मलकीर, बह जा। की गल जनाब, आज ड्यूटी ते ही नहीं आए? परेशानी है यार। जनाब जद इंसान ज्यादा परेशान होवे ते कुछ फैसले वक्त ते छड़ देने चाहिए। शायद तू ठीक कह रहे हैं। जी जनाब। चढ़ाता गड्डी। हां भाई जी, पाला काना साला साडा बंदा होके साडे राज खोलन लग्या सी। बापू करता कंडा साले दा ते नाल वैरी दे चमचे दा भी। मलकीत सिंह। हाँ जी। मैं हफ्ते वास्ते बाहर जा रहा, पिछो जिन्ने भी पेंडिंग केस हैं। जी जनाब। उन्हें सारे की तफ्तीश करना तेरा काम है। मैं अपनी ड्यूटी ईमानदारी नाल निभावांगा जनाब। जनाब मैनू तुहाडे बापू की मौत का बहुत दुख है। मैं उस संबंध विच तुहाडे बयान लिखना आया। कोई बयान नहीं लिखाने मैं। जे तुसी कुछ कहोगे नहीं असी तुहाडी मदद किवें करांगे? मैं सिर्फ तुहाडी सहायता लई आया। नहीं चाहीदी सानू किसी की कोई भी मदद, रब दा वास्ता चले जाओ इत्थों। पर बीबा मैं तुहाडे अगे हाथ जोड़दी आ, सानू कल्ले छड़ दो। एक बारी फिर सोच लो, तुहाडे द्वारा दित्ते गए बयान मैनू तुहाडे बापू दे कातलां तक पहुंचाउण विच मदद करनगे। मैं तुहाडे अगे हाथ जोड़दी आ, सानू कल्ले छड़ दो, साडे तुहाडी मदद दी कोई लोड़ नहीं, चले जाओ इत्थों। चल जसवीर। करमू तू तो चाचा जी दे बहुत नेड़े सी ना यार, ये जशन चाचे ते सिमर दा की चक्कर सी? तेनू तो सारा पता ही होना ना। बाई जी सिमर नू बहुत सच्चा प्यार करदे सी। बाई जी ने अपने प्यार दी गल सरदार जी नू दसी। आजो करदे आं गल। मैं क्या बाई जी, मैं तुहाडे नाल अपनी जिंदगी दे
एक अहम फैसले बारे गल करनी है जी। हाँ बोल जशन, की गल है? बाई जी गल यह कि मैनू हो गया कुड़ी नाल प्यार, ते मैं उहदे नाल व्याह करवाउणा चाहुंदा। ये तो बड़ी चंगी गल है, पर वो कौन कुड़ी है, की खानदान है उहदा, किन्नी जमीन है उहनां कोल, किस रुतबे दे लोग है वो? बाई जी ये भी मैं सब कुछ दसदा, पर एक मुश्किल है। तू परवाह ना कर, जे कुड़ी वाले ने ना नुकर कीती तां पछुक लियावांगे उहनूं। बाई जी वो अपने घीले दी कुड़ी है सिमरन। की घीले दी कुड़ी? तेरा दिमाग तो ठीक है जशन, किथे आपां ते किथे हो? बाई जी मैं उसे कुड़ी नूं ब्याह के घर लैके आऊंगा ना, उही मेरी जिंदगी दी सब तो वड्डी खुशी होएगी। खुशी नहीं, लड़पणे विच लै गए फैसले हमेशा गलत हुंदे ने। ते जद छोटे गलत फैसला लैण, वड्डियां दा फर्ज हुंदा उहनां नूं रोकणा। तैनूं कदे किसे गल्लों रोकिया नहीं, टोकिया नहीं, ती नहीं पुत्तां वांग पालिया। सिमर तैनूं यह सोचना चाहीदा सी कि साडे कच्चे घरां वालिआं दी उहनां अगे हैसियत की है। हवेलियां वाले सरदारां दे बराबर दी हैसियत है इन्हां दी? कीला मेरा सिर्फ एक नौकर है। उन्होंने मैनू नौकर नहीं बल्कि टब्बर दा एक जी समझिया होया, ते मेरे जमीर ने उन्हां नू रब दा दर्जा दित्ता होया, ते रब दे बराबर होण दी कोशिश नहीं करी दी। ते मैं इन्हां नू अपने बराबर दा दर्जा नहीं दे सकता, इन्हां दी हैसियत मेरे पैरां च पई तूड़ तो ज्यादा कुछ भी नहीं। सरदार दे पैरां दी तूड़ मत्थे नाल लाउणी मैं अपनी खुशकिस्मती समझदा। साडे दादे पड़दादे उस परिवार दे सिरी रहे ने। तू साडे सिरी पाली दी धी नूं इस घर दी नूंह नहीं बना सकता। जुत्ती नूं किन्ने भी हीरे क्यों ना लगे होण, वो पैरां च पाउण दे ही कम आउंदी है, सिर ते नहीं रखी दी। जशन तू अपना राह बदल दे, नहीं तां मैं तेरी तौण वड के नेड़े च दब दियांगा। सोचांगा इस घर च कोई इलाज जम्मी ही नहीं। तू अपनी सोच हुण भी बदल दे। जे तू अपनी सोच ना बदली तां तैनूं हवेली छड के जानी पएगी, ते मेरा फैसला रब भी नहीं रोक सकता। ते बाई जी मैं भी अपना फैसला बदल नहीं सकता। जशन! बाई जी तुसी मेरे भरा दलीप सिंह नहीं हो, तुसी ते एक हंकारी घमंडी ते पत्थर दिल ओ इंसान हो जो इंसानां नूं इंसान ही नहीं समझदे। ते बाई जी तुसी सच्चे सुच्चे प्यार नूं अमीरी ते गरीबी वाले पल्लियां च पा के तोलदे हो। बाई जी कोई बंदा पैसे नाल ते डंडे दे जोर दे नाल अमीर नहीं बनता, बंदे दा दिल अमीर होना चाहिदा बाई जी, ताही ता दुनिया तुहानू कहिंदी है दुल्ला पहली। सरदार जी हथ इत्थे ही रोक दिओ, जशन नूं अपनी जिंदगी दे फैसले लैण दा पूरा अधिकार है। इस हवेली दे फैसले सिर्फ दुल्ला लैंदा है, जे तू उस कुड़ी दा खेड़ा ना छड्डिया ता तैनू हवेली छड़नी पएगी। बह जा की लिया। की गल है की लिया, अज तेरिया नजर चुकिया क्यों है? भाई जी
मेरी नजर आप जी दे मूहरे ना कदे उठिया ने ना कदे उठन गियां। आप जी दी सरदारी ते किले दी वफादारी जग जाहर है। सच्ची गल तां इह वी है सरदार जी, जदों किसे दुश्मन दा कंडा कढ़ना होवे तां किला हमेशा आप जी दे मूहरे होगा, अगे होगा। वफादारी दा इस तों वड्डा सबूत होर की हो सकदा। तेरे दिल च की है किलिया, सही सही दस। भाई जी अज मैनू खुद समझ नहीं आ रहा कि मैं की बोलदा ते क्यों बोलदा, की कहना चाहना ते की कह रहा। पर समा आउण ते किला आप ते अपने परिवार नू तुहाडे तों निछावर कर सकदा। भाई जी मैं बड़े चिर तों तुहाडा परछावां बन के तुहाडे नाल रह रहा, बस मैनू अपने आप तों वख ना करो भाई जी, वख ना करो, वख ना करो भाई जी। हुण तो जा, फिर गल करांगे। सत श्री अकाल। सिमरद बापू रोटी खा ला तू। ले फड़ खा ले, भला रोटी नाल कादा वैर, जे तू ना खादी तो असी भी नहीं खानी। ओए रोटी खाण जोगा मैनू छड्डिया, मैं पुत्ता तो वध प्यार कीता इनू, इन्हें तो मेरा मान ही तोड़ के रख दिता। शायद इन्हों दुखा तो डरते ही कई मापे अपन धियां जमदे सार ही मार देंदे सी, पर मैं तो इनू पुत्ता वाग पालिया, पर इन्हें तो मैं ज्योदे जी मार ही दिता। बापू चंद्रिये एक बार आपके प्यो की पग वलता वेदी पटे गई से बापू तेरा बाप गरीब लज्जा रखती दंद तोड़ मेरे सिमर। की गल तू मैनू देख के राह क्यों बदल लिया? जिहड़े रस्ते ते आपां चल रहे हां जशन ओह च कंडे कंडे है, ते मैं एक गरीबणी तुहाडा प्यार देख के ना पट्टा गई सी, पर ये मेरा भुलेखा सी, मैं चाह के भी इस रस्ते ते चल नहीं सकदी। तू गरीबणी कह के अपना पल्ला झड़ रही है? जे अमीर घर दे विच मेरा जन्म हो गया तो यह मेरा कसूर है? पर मैं तेनू बहुत बहुत प्यार करदा सिमर। जशन तेरा ते मेरा तो कुछ दिनों का ही प्यार है, पर मेरा मेरा तो मेरे बापू नाल भी वरियां तो भी पहला दा। मैनू अज भी याद है कि मेरे बापू ना कि मैनू मेले कंधाड़े चुक के ले जांदा सी, जे मैं बीमार हो जाती ना पूरी पूरी रात मैं बुक्कल च लैके बैठा रहना सी। किते भी जाना हुंदा मैनू गोदी चुक के ले जांदा कि किते मेरे पुत्ते पैर ना दुखन लग जान। तू ही दस मैं उन्हें पैर थले अपने बापू दी पग किवें रोलदा।
मैं तेरी सोच की बहुत कदर करदा सिमर, पर मैं जिहड़े सुपने अपनी जिंदगी जीउण दे लए होए आ ना, मैं उन्हां नूं चकना चूर नहीं होण देवांगा। जशन, मैं मिर्जे दी साहिबा मांगू अपने बापू दी पग मिट्टी च नहीं रोल सकदी, ते मेरी मंगनी हो चुकी है। तेनू सौ लगे मेरी, तेनू मैनू छड़ के जाना पवेगा। मेरा इश्क इश्क मेरा इश्क इश्क हो मेरे इश्क दी चोली पर दे, हो मेरे इश्क दी चोली पर दे, मेरे इश्क दी चोली पर दे, मेरे इश्क दी चोली पर दे। मेरे इश्क दी चोली पर दे, मैनू इश्क दे वर्गा कर दे, मैनू इश्क दे वर्गा कर दे। ओ जिन्ना इश्क कदे नहीं कीता, जिन्ना जहर कदे नहीं पीता, मेरे इश्क दी चोली पर दे, हाँ मेरे अथरू छम छम भर दे, मैनू इश्क दे वर्गा कर दे, मैनू इश्क दे वर्गा कर दे। की गल चाचा यार, तू अचानक कनेडा जाने का प्रोग्राम बना लिया? कीर्ति यार, मैं किहड़ा हमेशा लई जा रहा, कोई जरूरी काम पै गया, मैं गया ते बस आया। चाचा यार, बेबे तू ही रोक ला चाचे नूं। चाचा तू क्यों जा रहा है? चाचा मैं कह, तू नहीं जा सकता। चल बेशरा। बेबे तू क्यों नहीं रोकदी चाचे नूं? बस कर। हेलो। ओ की हाल आ यार चाचे दे? ओ मेरे हाल तां ठीक है, तू सुना तेरे की हाल आ पुत्रा? चाचा दो खबर आया, पहली तां ए के कीला बापू दी आई मौत मर गया है। हाँ, दूजी ए आ के सिमरन ने हजे तक ब्याह नहीं करवाया। ते ए तू मैनू क्यों दस रहे? ओ चाचा बाले ड्रामे ना कर, तेरी हुण सारी कहानी दा मैनू पता लग गया, हुण तां मैं सरवाला बन के तेरे नाल घोड़ी चढ़ूंगा। नहीं कीरत, हुण मेरे कोलों आया नहीं जाना। चाचा चुप करके आ जा, तू मैनू रोंदे नू छड़ गया सी ना, हुण जे किते मैं रुस गया तेनू हमेशा नहीं रवा देना मैं। पर गल तां बाई दी आ, तेनू मेरी सौं लगी जे तू हुण अगे बोलिया तां। बस हुण तू मेरे वास्ते ते चाची वास्ते घेंट जे कपड़े लैके आ जा, फिर आपां दोवें जावांगे चाची नू मिलन। चल ठीक है कीरत, देखदा मैं आउणा फिर मैं इंडिया, ठीक आ। ओ आ कीती ना चाचा यारां वाली गल। ਅਸੀਂ ਚੱਕਦੇ ਚੌਂਟੇ ਤੇ ਫੇਰ ਫੇਰ ਕੀ? ਅੱਛਾ ਲੱਦਤਾ? ਓ ਬੱਲੇ ਨਹੀਂ ਆ ਬਾਈ। ਫੇਰ ਸਰਦਾਰ ਜੀ, ਇਹ ਬਜ਼ੁਰਗ ਸਾਹਿਬ ਚੰਦ ਪਿੰਡ ਦਾ ਬਹੁਤ ਪੁਰਾਣਾ ਬੰਦਾ ਤੇ ਦੁੱਲੇ ਦੇ ਪਰਿਵਾਰ ਦੀ ਸਾਰੀ ਰਾਮ ਕਹਾਣੀ ਜਾਣਦਾ। ਦੱਸੋ ਕੀ ਜਾਣਦਾ? ਦੁੱਲਾ ਤਾਂ ਉਹਨੂੰ ਐਵੇਂ ਕਹਿ ਦਿੰਦੇ ਆ ਜੀ, ਸਹੀ ਨਾਂ ਤਾਂ ਉਹਦਾ ਦਲੀਪ ਸਿੰਘ ਹੈ, ਧਰਮ ਸਿਉਂ ਜੈਲਦਾਰ ਦਾ ਮੁੰਡਾ ਹੈ ਉਹ।
आज बहुत कवेला हो गया। देख हो करे गई थी ना बेटे ने को। बोलो इन लोगों खड़ जा। आप कौन हो? तेरे तो मैं देख रहा हूँ। छट। छट। रोए। छट मैंने। छट। छट। रोए लेके जा रहे हो। कितने लेके जा रहे हो? छट दो। छट दो। ओए पंगा तेनू भुगतना पौगा। छड्डो मेरे किरण नू। किरण दुश्मनी पाई है दुलिया अचक दुश्मनी की पहली किश्त का भुगतान याद रखी तेरे सारे वंश नूं धरती दे विच एक एक करके जिउंदा कढ़ांगा याद रखी तो अनु की फर्क पड़ना
ਕਿਸੇ ਦੇ ਜੰਮਣ ਜਾਂ ਮਰਨ ਦੇ ਨਾਲ। ਫਰਕ ਤਾਂ ਉਸ ਮਾਂ ਨੂੰ ਪਿਆ ਨਾ ਜਿਹਦੀ ਕੁੱਖ ਸੁੰਨੀ ਹੋ ਗਈ। ਜਸ਼ਨ, ਤੂੰ ਕਿਸ ਨਾਲ ਗੱਲ ਕਰ ਰਿਹਾ? ਇਹ ਤੇਰੇ ਬਾਈ ਸਰਦਾਰ ਦਲੀਪ ਸਿੰਘ ਨਹੀਂ, ਇਹ ਤਾਂ ਕਬਜ਼ੇ ਲੈਣ ਵਾਲਾ ਦੁੱਲਾ ਹੈ। ਤੁਸੀਂ ਜਦੋਂ ਹਵੇਲੀ ਤੋਂ ਬਾਹਰ ਜਾਂਦੇ ਸੀ, ਮੈਂ ਛੱਤ ਤੇ ਖੜੀ ਹੋ ਕੇ ਤੁਹਾਨੂੰ ਵੇਖਦੀ ਸੀ, ਪਤਾ ਨਹੀਂ ਵਾਪਸ ਆਉਂਗੇ ਕਿ ਨਹੀਂ। ਪਰਿਵਾਰ ਦੇ ਕਿੰਨੇ ਜੀ ਤੁਹਾਡੇ ਕਬਜ਼ਿਆਂ ਦੀ ਬਲੀ ਚੜ ਗਏ, ਕਿੰਨੀਆਂ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਹੋ ਗਈਆਂ, ਕਿੰਨੀਆਂ ਸੁਹਾਗਣਾਂ ਰੰਡੀਆਂ ਹੋ ਗਈਆਂ। ਕੀ ਖੱਟਿਆ ਇਹਨਾਂ ਕਬਜ਼ਿਆਂ ਤੋਂ? ਕੀ ਇਸੇ ਨੂੰ ਆਖਦੇ ਹੋ ਸਰਦਾਰੀ? ਕੀ ਇਸੇ ਨੂੰ ਸਰਦਾਰੀ ਆਖਦੇ ਹੋ? ਦੁੱਲਾ ਭਾਵੇਂ ਬਾਹਰ ਦੀਆਂ ਸਾਰੀਆਂ ਲੜਾਈਆਂ ਜਿੱਤ ਗਿਆ ਹੋਵੇ, ਪਰ ਪਰਿਵਾਰ ਨੂੰ ਹਾਰ ਗਿਆ ਏ, ਹਾਰ ਗਿਆ ਏ। ਕੀਰ ਭਾਬੀ ਜੀ, ਭਾਬੀ ਜੀ, ਯਾਰ ਚਾਚਾ ਕਿਰਤ ਕੀ ਕਰੀ ਜਾਂਦਾ ਯਾਰ ਤੂੰ? ਉਹ ਇੰਨਾ ਵੱਡਾ ਹੋ ਗਿਆ ਹਾਲੇ ਵੀ ਜਵਾਕਾਂ ਵਾਂਗ ਕਰੀ ਜਾਂਦਾ? ਯਾਰ ਮੈਨੂੰ ਤਾਂ ਸਵਾਦ ਜਿਹਾ ਨਹੀਂ ਆਉਂਦਾ ਤੇਰੇ ਨਾਲ ਪੰਗੇ ਲੈਣ ਤੋਂ ਬਿਨਾ। ਨਾਲੇ ਯਾਰ ਤੇ ਨਾਲੇ ਚਾਚਾ, ਉਹ ਤਾਂ ਬਸ ਹੁਣ ਇਦਾਂ ਹੀ ਆ। ਮੇਰੀ ਮਾਂ ਦਾ ਪੁੱਤ ਮੇਰਾ ਭਰਾ, ਮੇਰੇ ਪਿਓ ਦਾ ਭਰਾ ਮੇਰਾ ਚਾਚਾ, ਉਹ ਆਪਣੀ ਯਾਰੀ ਪੱਕਮ ਪੱਕੀ, ਤਿੰਨ ਤਿੰਨ ਰਿਸ਼ਤੇਦਾਰੀਆਂ ਆ। ਉਹ ਗੱਲ ਸੋਣਾ, ਮੇਰਾ ਖਸਮ ਬਣਿਆ ਰਹੇ ਨਾ, ਲੱਤ ਪੜਾ ਕਰ। ਉਹ ਤਾਂ ਹੁਣ ਲੱਤ ਵੀ ਇੱਦੀ ਰਹੂ ਤੇ ਚੱਫੀਆਂ ਵੀ ਇੱਦੀ ਪੈਣਗੀਆਂ। ਜਸ਼ਨ, ਓਏ ਜਸ਼ਨ, ਉੱਠ ਮੇਰਾ ਵੀਰ, ਆ ਵੇਖ ਸੂਰਜ ਗੋਡੇ ਗੋਡੇ ਚੜੇ ਪਏ। ਅੱਜ ਬਾਪੂ ਦੀ ਬਰਸੀ ਹੈ, ਮੈਂ ਚੱਲਦਾ ਤੇ ਤੂੰ ਤੇਰੀ ਭਾਬੀ ਨੂੰ ਲੈ ਕੇ ਮੜੀ ਤੇ ਆ ਜੀ। ਠੀਕ ਆ ਬਾਈ ਜੀ, ਠੀਕ ਆ। ਸਰਦਾਰ ਜੀ, ਅੱਜ ਸਵੇਰੇ ਸਵੇਰੇ ਕਿੱਥੇ ਦੀ ਤਿਆਰੀ ਹੈ? ਸਰਬਜੀਤ, ਤੂੰ ਵੀ ਤਿਆਰ ਹੋ ਜਾ, ਆਪਾਂ ਬਾਪੂ ਜੀ ਦੀ ਮੜੀ ਤੇ ਮੱਥਾ ਟੇਕਣ ਚੱਲਣਾ। ਇਸ ਤਰ੍ਹਾਂ ਤਾਂ ਮੈਨੂੰ ਮੇਰੇ ਸਰਦਾਰ ਦਲੀਪ ਸਿੰਘ ਜੀ ਬੁਲਾਉਂਦੇ ਸੀ ਜਦੋਂ ਮੈਂ ਨਵੀਂ ਨਵੀਂ ਵਿਆਹ ਕੇ ਆਈ ਸੀ। ਅੱਜ ਤੋਂ ਬਾਅਦ ਤੈਨੂੰ ਤੇਰਾ ਦਲੀਪ ਸਿੰਘ ਹੀ ਮਿਲੂਗਾ। ਸ਼ੁਕਰ ਹੈ ਰੱਬ ਦਾ, ਸ਼ੁਕਰ ਹੈ। ਮੈਂ ਚੱਲਦਾ ਜੀ, ਤੂੰ ਤੇ ਜਸ਼ਨ ਆ ਜਾ ਪਿੱਛੇ। ਠੀਕ ਹੈ ਜੀ। ਭਾਬੀ ਜੀ, ਬਾਈ ਕੁਝ ਬਦਲਿਆ ਬਦਲਿਆ ਨਹੀਂ ਲੱਗਦਾ? ਵਕਤ ਬੜਾ ਬਲਵਾਨ ਹੈ ਜਸ਼ਨ। ਬਾਈ ਜੀ, ਅਸੀਂ ਵਾਰਦਾਤ ਵਾਲੀ ਥਾਂ ਤੇ ਪਤਾ ਕੀਤਾ। ਮੈਂ ਬੰਦੇ ਛੱਡ ਬਾਈ ਜੀ, ਜਲਦੀ ਕੋਈ ਸੁਰਾਗ ਮਿਲ ਜੂ। ਮੈਨੂੰ ਕੀਰਤ ਦੇ ਕਾਤਲਾਂ ਦਾ ਬਹੁਤ ਛੇਤੀ ਪਤਾ ਚਾਹੀਦਾ ਹੈ ਜੀ ਬਾਈ ਜੀ, ਕਿਸੇ ਵੀ ਹਾਲਤ 'ਚ ਜੀ ਬਾਈ ਜੀ। ਅੱਜ ਬਾਪੂ ਦੀ ਬਰਸੀ ਹੈ ਜੀ, ਚੱਲ ਮੜੀ 'ਤੇ ਹੋ ਆਈਏ। ਓਏ ਕੀ ਹੋਇਆ ਤੈਨੂੰ ਅੱਜ, ਪੈਰ ਕਿਉਂ ਪਿਛਾ ਖਿੱਚ ਲਿਆ? ਤੈਨੂੰ ਪਤਾ ਨਹੀਂ ਬਾਪੂ ਦੀ ਮੜੀ 'ਤੇ ਦੀਵਾ ਜਗਾ ਕੇ ਆਉਣਾ ਅੱਜ? ਸ਼ਾਬਾਸ਼ ਬੇਟਾ, ਘੋੜਾ ਅੜੀ ਕਰ ਰਿਹਾ ਬਾਈ ਜੀ, ਮੈਨੂੰ ਕੋਈ ਅਪਸ਼ਗਨ ਲੱਗਦਾ। ਫਿਕਰ ਨਾ ਕਰ ਜੈ ਲਿਆ, ਦੁੱਲੇ ਦੇ ਕਦਮ ਜਿੱਧਰ ਨੂੰ ਵਿਵਾਦ ਜਾਣ, ਮੌਤ ਵੀ ਆਪਣਾ ਰਸਤਾ ਬਦਲ ਦਿੰਦੀ। ਚੱਲ ਆ ਚੱਲੀਏ ਜੀ ਬਾਈ ਜੀ। ਚੱਲ
ਸਿੱਧਾ ਖੜਾ ਹੈ ਚੁੱਪਚਾਪ। ਓਏ ਤੂੰ ਪਾਗਲ ਹੈ ਕਿ ਦੁੱਲੇ ਜੱਟ ਦੇ ਦਰਸ਼ਨ ਕਰਕੇ ਕੋਈ ਦੌਰਾ ਦੂਰਾ ਪੈ ਗਿਆ ਤੈਨੂੰ? ਛੋਟੇ ਦਲੀਪਿਆ ਆਦੇਖ ਤੇ ਪਛਾਣ ਮੈਨੂੰ ਮੈਂ ਕੌਣ। ਵਰੇ ਹੋ ਗਏ, ਮੈਂ ਕਦੇ ਹੱਸਿਆ ਨਹੀਂ, ਪਤਾ ਕਿਉਂ? ਕਿਉਂਕਿ ਮੇਰੇ ਹਾਸੇ ਮੇਰੀ ਹਿੱਕ ਦੇ ਵਿੱਚ ਅੰਗਾਰੇ ਬਣ ਚੁੱਕੇ ਨੇ। ਜਵਾਲਾਮੁਖੀ ਬਣ ਚੁੱਕੇ ਨੇ। ਇਹਦਾ ਮੂੰਹ ਕਾਲਾ ਕਰਕੇ, ਇਹਦੇ ਗਲ ਚ ਛਿੱਤਰਾਂ ਦਾ ਹਾਰ ਪਾ ਕੇ, ਖੋਤੀ ਤੇ ਬਿਠਾ ਕੇ ਸਾਰੇ ਪਿੰਡ ਦਾ ਗੇੜਾ ਲਵਾਓ। ਜੇ ਫਿਰ ਵੀ ਕਿਤੇ ਇਹਨਾਂ ਪੱਚੀਆਂ ਪਿੰਡਾਂ ਵਿੱਚ ਨਜ਼ਰ ਆਵੇ ਤਾਂ ਇਸ ਨੂੰ ਗੋਲੀ ਮਾਰ ਦਿੱਤੀ ਜਾਵੇ। ਤੇ ਹੁਣ ਉਹਨਾਂ ਦੇ ਫਟਣ ਦਾ ਟਾਈਮ ਆ ਗਿਆ। ਛੋਟੇ ਦਲੀਪਿਆ, ਮੈਂ ਆਪਣੇ ਬਾਪੂ ਦੀ ਬੇਇੱਜ਼ਤੀ ਦਾ ਬਦਲਾ ਤੇਰੇ ਤੋਂ ਜ਼ਰੂਰ ਲਵਾਂਗਾ। ਮੈਂ ਜ਼ਰੂਰ ਵਾਪਸ ਆਵਾਂਗਾ ਦਲੀਪਿਆ, ਮੈਂ ਜ਼ਰੂਰ ਆਵਾਂਗਾ। ਅੱਛਾ ਤਾਂ ਤੂੰ ਉਹਦੀ ਗੰਦੀ ਔਲਾਦ ਹੈ। ਨਾਂ ਦਾ ਸੁੱਚਾ ਤੇ ਕਿਰਦਾਰ ਦਾ ਲੁੱਚਾ ਸੀ ਤੇਰਾ ਪਿਓ, ਤੂੰ ਉਸ ਘਟੀਆ ਨਸਲ ਚੋਂ ਹੈ। ਛੋਟੇ ਖਬਰਦਾਰ, ਜੇ ਇੱਕ ਵੀ ਲਫ਼ਜ਼ ਮੇਰੇ ਬਾਪੂ ਦੇ ਖਿਲਾਫ ਬੋਲਿਆ ਤਾਂ ਮੈਂ ਤੇਰੇ ਚੀਥੜੇ ਉਡਾ ਦਿਆਂਗਾ, ਸਮਝ ਗਿਆ? ਉਦੋਂ ਵਕਤ ਤੇਰੇ ਬੇਗੈਰਤ ਪਿਓ ਦਾ ਸੀ, ਅੱਜ ਵਕਤ ਦੀ ਡੋਰ ਬੁੱਗਰ ਸਿੰਘ ਦੇ ਹੱਥ ਚ, ਸਮਝਿਆ? ਓਏ ਜੇ ਤੇਰਾ ਵਕਤ ਹੁੰਦਾ ਤਾਂ ਤੂੰ ਪਹਿਲੀ ਗੋਲੀ ਪੰਡੋਈਏ ਦੀ ਹਿੱਕ ਚ ਮਾਰਦਾ। ਯਾਦ ਰੱਖ, ਤੇਰੇ ਵਰਗੇ ਚਵਲ ਬੰਦੇ ਦੇ ਹੱਥ ਰੱਬ ਕਦੇ ਮੈਦਾਨ ਨਹੀਂ ਦਿੰਦਾ। ਮਾਰਾਂਗਾ, ਜ਼ਰੂਰ ਮਾਰਾਂਗਾ, ਤੇਰੀ ਇਹ ਖਵਾਹਿਸ਼ ਵੀ ਮੈਂ ਜ਼ਰੂਰ ਪੂਰੀ ਕਰੂੰਗਾ ਛੋਟੇ। ਚੱਲਿਆ ਜੀ ਭਾਈ ਜੀ, ਕੁਝ ਚਿਰ ਸਾਹਰ ਲੈ ਲੈ, ਫਿਰ ਤੇਰੀ ਵਾਰੀ ਏ। ਮੇਰੇ ਬਾਪੂ ਦੀ ਜ਼ਿੱਲਤ ਭਰੀ ਮੌਤ ਦਾ ਬਦਲਾ ਅਜੇ ਬਾਕੀ ਹੈ। ਮੈਂ ਅਜੇ ਵੀ ਤੇਰੇ ਭਰਾ ਨੂੰ ਛੱਡ ਸਕਦਾ, ਪਰ ਇੱਕੋ ਹੀ ਸ਼ਰਤ ਹੈ ਕਿ ਮੈਂ ਤੇਰਾ ਸਿਰ ਆਪਣੇ ਕਦਮਾਂ ਵਿੱਚ ਝੁਕਿਆ ਦੇਖਣਾ ਚਾਹੁੰਦਾ, ਤੇਰਾ ਗਰੂਰ ਆਪਣੇ ਕਦਮਾਂ ਵਿੱਚ ਟੁੱਟਿਆ ਦੇਖਣਾ ਚਾਹੁੰਦਾ। ਓਏ ਮੇਰੇ ਬਾਈ ਦੀ ਗਰਦਨ ਰੱਬ ਤੋਂ ਬਿਨਾਂ ਕਦੇ ਕਿਸੇ ਅੱਗੇ ਨਹੀਂ ਚੁੱਕੀ। ਚੱਲਿਆ ਅਜੇ ਵੀ ਵਕਤ ਹੈ ਛੋਟੇ, ਮੇਰੇ ਪੈਰ ਤੇਰਾ ਸਿਰ ਛੋਟੇ। ਨਹੀਂ ਬਾਈ ਜੀ, ਬਾਈ ਜੀ ਨਹੀਂ, ਨਹੀਂ ਬਾਈ ਜੀ। ਜਾਣਦੇ ਕਿ ਦੁੱਲਾ ਕਿਸ ਸ਼ਹਿ ਦਾ ਨਾਂ ਹੈ।
अजे तक अपने पुत्र ते अपने भरा नूं मरवा के तेरी गैरत नहीं जागी। बुगर चढ़े स्वाद आ गया है, मैनू तेरे नालों वध स्वाद आ गया चोरिया। सत श्री अकाल।
भाई की होया भाई केले मरा तेनू भाई किसे ने नहीं मारा खड़ जा तेरे जशन साहब मेरे विदा भाई ना मेरे वीरा तू इस राह ते ना चली जे बापू जी ने मैनू रोकिया होंदा शायद मेरा भी आ हशर ना होंदा तू ठीक आखदी सी सरबो की खट्टिया मैं ना कब्जे चो करदा आखरी चिराग भी बजा बैठा सैकड़े किले जमीन तो मैं बना ली पर आखरी वक्त दुल्ला खाली हाथ ही जा रहे मैं तेरे नाल भी कदे तो प्यार दियां गल्लां ना कीतियां सर बो सर सर इन्हां दा अंत इस तरह ही होना सी सर ये मैं की वेख रहे जो तैनू बहुत पहला देखना चाहिदा सी मैनू माफ कर दी मेरे वीरा जिंदगी दे फैसले हुण तू आप ही लई सरबो भाई सताजी नहीं भाई तू नहीं 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 जा सकता तू माफ कर दे पत्थरी चोली खाली बलड़े अणमुलिया दाता तो सब कुछ नहीं भाई मैं क्यों आप लुटा के हर कोई खाली हथी जांदा है मैं भी देख लिया अजमा के कल तक बनिया सी रब फिरदा हुण मैं क्यों लुट लुटा गबरू चटान वरगा कुड़ी सुल्फे दी लाट वरगी सिद्धी दिल च उतर दी जावे हो इक गबरू चटान वरगा मेरे दिल विच वसदा जावे कुड़ी सुल्फे दी